शिवा पर मोहे है छुपकर मन देखबो ना डरू न डरू और सोच अब चाहे लडू निश्चय कर अपनी खेत कर वाहे जी का खालसा वाहे जी की फतेह तुसी देख रहे हो संगत टेलीविजन दा खास प्रोग्राम खालसा राज किमे बणया ਹੋਂ ਤੱਕ ਇਸ ਪ੍ਰੋਗਰਾਮ ਦੇ 460 ਭਾਗ ਜਿਹੜੇ ਆ ਤੁਸੀਂ ਵੇਖ ਚੁੱਕੇ ਤੇ ਅੱਜ ਇੱਕ ਨਵਾਂ ਐਪੀਸੋਡ 461 ਨੰਬਰ ਲੈ ਕੇ ਅਸੀਂ ਆਪਜੀ ਦੇ ਸਾਹਮਣੇ ਹੋਏ ਹਾਂ ਸਾਰੀਆਂ ਹੀ ਸੰਗਤਾਂ ਦਾ ਤਹਿ ਦਿਲ ਤੋਂ ਧੰਨਵਾਦ ਕਰਦੇ ਹਾਂ ਜਿਹੜੇ ਇਸ ਲੜੀਵਾਰ ਪ੍ਰੋਗਰਾਮ ਨੂੰ ਦੇਖਦੇ ਤੇ ਪਸੰਦ ਕਰਦੇ ਨੇ ਕਾਸ ਕਰਕੇ ਧੰਨਵਾਦ ਕਰਦੀ ਹਾਂ ਸਤਿਕਾਰਯੋਗ ਵੀਰ ਜੀ ਰਣਜੀਤ ਸਿੰਘ ਰਾਣਾ ਜੀ ਦਾ ਜਿਹੜੇ ਕਿ ਸਾਡੇ ਸਾਰੇ ਹੀ ਸਵਾਲਾਂ ਦੇ ਜਵਾਬ ਗੌਰ ਇਤਿਹਾਸ ਗੌਰ ਬਾਣੀ ਤੇ ਗੌਰ ਫਲਸਫੇ ਦੇ ਆਧਾਰ ਤੇ ਦਿੰਦੇ ਹਨ ਵੀਰ ਜੀ ਨੂੰ ਜੀ ਆਖਦੇ ਹਾਂ ਸਵਾਗਤ ਕਰਦੇ ਹਾਂ ਤੇ ਪ੍ਰੋਗਰਾਮ ਦੀ ਸ਼ੁਰੂਆਤ ਕਰਨ ਤੋਂ ਪਹਿਲਾਂ ਗੁਰੂ ਫਤਿਹ ਸਾਂਝੀ ਕਰਦੇ ਹਾਂ ਵੀਰ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਿਛਲੇ ਐਪੀਸੋਡ ਵਿੱਚ ਵੀਰ ਜੀ ਤੁਸੀਂ ਦੱਸਿਆ ਕਿ ਕਲਗੀਧਰ ਪਾਸ਼ਾ ਚਮਕੌਰ ਦੀ ਗੜੀ ਤੋਂ ਮਾਲਵੇ ਵੱਲ ਜਿਹੜੀ ਤੁਰੰਦੀ ਗਾਥਾ ਸੀ ਤੁਸੀਂ ਜਿਹੜੇ ਕੁਝ ਕੁ ਐਪੀਸੋਡ ਸੋਡਾਂ ਦੇ ਵਿੱਚ ਤੁਸੀਂ ਸੰਗਤਾਂ ਦੇ ਨਾਲ ਜਿਹੜੀ ਉਹ ਸਾਂਝੀ ਕੀਤੀ ਸੀ ਕਲਗੀਤਰ ਪਾਸ਼ਾ 마ਸ਼ੀਵਾੜਾ ਨੂਰਪੁਰ ਅਜਨੇਰ ਕੁੰਗ ਕੁੰਗਰਾਲੀ ਕੋਟਾਣਾ ਸਾਹਿਬ ਕਨੇਰ ਸਹਨੋਵਾਲੀ ਆਨੰਦਪੁਰ ਆਲਮਗੀਰ ਹੈਰਾ ਸੀਲੋਆਣੀ ਤੇ ਮਾਲਵੇ ਦੇ ਕਈ ਪਿੰਡਾਂ ਦੇ ਵਿੱਚੋਂ ਤੇ ਕਈ ਨਗਰਾਂ ਦੇ ਵਿੱਚੋਂ ਹੁੰਦੇ ਹੋਏ ਰਾਏਕੋਟ ਦੇ ਜਿਹੜੇ ਆ ਹਵੇਲੀ ਰਾਏਕਾਲਾ ਜਿਹੜੇ ਆ ਉਹਦੀ ਹਵੇਲੀ ਵਿੱਚ ਪਹੁੰਚੇ ਨੇ ਇਥੋਂ ਸਤਗੁਰੂ ਜੀ ਨੇ ਨੂਰੇ ਮਾਹੀ ਨੂੰ ਭੇਜਿਆ ਜਾ ਕੇ ਛੋਟੇ ਸਹਿਬਜ਼ਾਦਿਆਂ ਦਾ ਸਰਹੰਦ ਤੋਂ ਪਤਾ ਲੈ ਕੇ ਆਵੇ ਨੂਰਾ ਮਾਹੀ ਸਰਹੰਦ ਗਿਆ ਤੇ ਉੱਥੋਂ ਆ ਕੇ ਉਸਨੇ ਗੁਰੂ ਗੁਰੂ ਸਾਹਿਬ ਜੀ ਨੂੰ ਸਹਿਬਜ਼ਾਦਿਆਂ ਦੀ ਸ਼ਹਾਦਤ ਬਾਰੇ ਦੱਸਿਆ ਜੋ ਵੀ ਉਸਨੇ ਉੱਥੇ ਅੱਖੀ ਵੇਖਿਆ ਜਾਂ ਕੰਨੀ ਸੁਣਿਆ ਹਾਲ ਸੀ ਉਸ ਸਤਗੁਰੂ ਜੀ ਨੂੰ ਸੁਣਾਇਆ ਉਸਨੇ ਸਰਹੰਦ ਦੀ ਕਚੈਰੀ ਵਿੱਚ ਸਹਿਬਜ਼ਾਦਿਆਂ ਦੀ ਜਿਹੜੀ ਪਹਿਲੇ ਦਿਨ ਦੀ ਪੇਸ਼ੀ ਸੀ ਉਹਦਾ ਵਾਕਿਆ ਜਿਹੜਾ ਸੀ ਸਤਗੁਰੂ ਜੀ ਨੂੰ ਬਿਆਨ ਕੀਤਾ ਉਹਨਾਂ ਜੀ ਨੂੰ ਦੱਸਿਆ ਉਸ ਤੋਂ ਅੱਗੇ ਜਿਹੜਾ ਸੀ ਕੀ ਗਾਥਾ ਹੋਈ ਜਾਂ ਕੀ ਹਾਲਾਤ ਬਣੇ ਕੀ ਵਾਪਰਿਆ ਇਹਦੇ ਬਾਰੇ ਸੰਗਤਾਂ ਦੇ ਨਾਲ ਅੱਜ ਦੇ ਐਪੀਸੋਡ ਵਿੱਚ ਤੁਸੀਂ ਸਾਂਝ ਪਾਓ। ਬੰਦ ਤੋਂ ਬਹੁਤ ਬਹੁਤ ਧੰਨਵਾਦ। ਤੁਸੀਂ ਇਤਿਹਾਸ ਦੀ ਜਿਹੜੀ ਲੜੀਵਾਰ ਗਾਥਾ ਤੁਰਤੀ ਆ ਰਹੀ ਆ। ਜੀ। ਖਾਲਸਾ ਰਾਜ ਕਿਵੇਂ ਬਣਿਆ? ਹਾਂਜੀ। ਉਹਦੀ ਗਾਥਾ ਨੂੰ ਸਵਾਲ ਦੇ ਨਾਲ ਜੋੜਿਆ ਵੀ ਤੇ ਅੱਗੇ ਵੀ ਦੋੜਿਆ ਧੰਨਵਾਦ ਪਿਛਲੇ ਐਪੀਸੋਡ ਜਿੱਦਾਂ ਤੁਸੀਂ ਦੱਸਿਆ ਆਪਾਂ ਜ਼ਿਕਰ ਕੀਤਾ ਕਿ ਸਤਗੁਰ ਜੀ ਰਾਏਕੱਲੇ ਕੋਲਿਆ ਰਾਏਕੋਟ ਦੀ ਹਵੇਲੀ ਦੇ ਵਿੱਚ ਹਾਂਜੀ ਰਾਏਕੋਟ ਦਾ ਮਾਲਕ ਸੀ ਰਾਏਕੱਲਾ ਜੀ ਵੱਡਾ ਜ਼ਗੀਰਦਾਰ ਸੀ ਔਰ ਇਹ ਨਿਹੰਗ ਖਾਨ ਦਾ ਰਿਸ਼ਤੇਦਾਰ ਸੀ ਆਪਾਂ ਪਿਛਲੀ ਵਾਰ ਹੀ ਜ਼ਿਕਰ ਕਰ ਲਿਆ ਸੀ ਜੀ ਉਰੋ ਦੇ ਕੋਲ ਨੂਰੇਬਾਈ ਨੂੰ ਸਰਹੰਦ ਭੇਜਿਆ ਪਹਿਲੇ ਦਿਨ ਦੀ ਗਾਥਾ ਆ ਕੇ ਉਹਨੇ ਦੱਸ ਦਿੱਤੀ ਪਹਿਲੇ ਦਿਨ ਦੀ ਇਹਦੀ ਪੇਸ਼ੀ ਸਾਜਦਿਆਂ ਦੀ ਹੋਈ ਸੀ ਸਤਗੁਰੂ ਸੁਣ ਰਹਾ ਆ ਜੀ ਸਤਗੁਰੂ ਮੰਝੇ ਤੇ ਬੈਠੇ ਆ ਜੀ ਔਰ ਮੰਝੇ ਤੇ ਬੈਠ ਕੇ ਸਤਗੁਰੂ ਲੱਤਾਂ ਥਲੇ ਲਮਕਾਈਆਂ ਹੋਈਆਂ ਜਿੱਦਾਂ ਆਮ ਤਰ੍ਹਾਂ ਬੈਠਦੇ ਹੁੰਦੇ ਆ ਹਾਂਜੀ ਤੇ ਬਿਲਕੁਲ ਥਲੇ ਇੱਥੇ ਨੂਰਾ ਬੈਠਾ ਆ ਜੀ ਤੇ ਨੂਰਾ ਗਾਥਾ ਸੁਣਾ ਰਿਹਾ ਤੇ ਉਹ ਕੋਈ ਨੀਵੀ ਥਾਂ ਤੇ ਸਤਗੁਰੂ ਉਹਦੇ ਅਲਵੀ ਦੇਖ ਰਿਹਾ ਇੱਕ ਤਰ੍ਹਾਂ ਦੇ ਸਤਗੁਰੂ ਨੀਵਾ ਵਿੱਚ ਦੇਖ ਰਿਹਾ ਤੇ ਸਤਗੁਰੂ ਦੇ ਹੱਥ 'ਚ ਤੀਰ ਫੜਿਆ ਹੋਇਆ ਜੀ ਜੀ ਤੇ ਤੀਰ ਦੇ ਨਾਲ ਸਤਗੁਰੂ ਥੱਲੇ ਕਾਹੀ ਦਾ ਬੂਟਾ ਨਾਲ ਨਾਲ ਉਹਨੂੰ ਖੁਰਚੀ ਜਾ ਰਿਹਾ ਹੈ ਜੀ ਨਾਲ ਨਾਲ ਗਾਥਾ ਸੁਣੀ ਜਾ ਰਿਹਾ ਹੈ ਗਿਆ ਇਹਨੂੰ ਇਸੇ ਬਿਰਤੀ ਜੀ ਬੈਠ ਕੇ ਸਤਗੁਰੂ ਨੇ ਉਹਨੂੰ ਥੋੜਾ ਥੋੜਾ ਜਿਹੜੇ ਕਾਹੀ ਦਾ ਬੂਟਾ ਥੱਲੇ ਆ ਜੀ ਉਹਨੂੰ ਆਲ ਦੇ ਵਾਲੇ ਖੁਰਚੀ ਜਾ ਰਿਹਾ ਤੀਰ ਨਾਲ ਤੇ ਨਾਲ ਨਾਲ ਗਾਥਾ ਸੁਣੀ ਜਾ ਰਿਹਾ ਤੇ ਨੂਰਾ ਮਾਈ ਸੁਣਾਈ ਜਾ ਰਿਹਾ ਤੇ ਨੂਰਾ ਮਾਈ ਨੇ ਹੁਣ ਪਹਿਲੇ ਦਿਨ ਦੀ ਪੇਸ਼ੀ ਤੋਂ ਬਾਅਦ ਦੱਸਿਆ ਕਿ ਜਦੋਂ ਪਹਿਲੇ ਦਿਨ ਦੀ ਪੇਸ਼ੀ ਹੋ ਗਈ ਹਾਂਜੀ ਪੇਸ਼ੀ ਤੇ ਦੁਨੇ ਸਾਹਿਬਜਾਦੇ ਹੀ ਲਿਆਏਗਾ ਮਾਤਾ ਗੁਜਰੀ ਨੂੰ ਨਹੀਂ ਲਿਆਇਆਗਾ ਉਹ ਥੰਡੇ ਬੁਰਜੀ ਚ ਜਾਇ ਸੀਗੀ ਉੱਥੇ ਉਹਨੂੰ ਰਹਿਣ ਦਿੱਤਾ ਗਿਆ ਪਹਿਰੇ ਲਾ ਕੇ ਰੱਖੇਗਾ ਸੋ ਨਾ ਜਾਵੇ ਜੀ ਕਿਸੇ ਤਰ੍ਹਾਂ ਨੇ ਵੀ ਉਹਨਾਂ ਦਾ ਕੋਈ ਖਬਰ ਵੀ ਨਾ ਪਹੁੰਚੇ ਕਿ ਚੈੜੀ ਚ ਕੀ ਵਾਪਰਿਆ ਇਹ ਵੀ ਖਿਆਲ ਰੱਖਿਆ ਗਿਆ ਤੇ ਸ਼ਾਮ ਨੂੰ ਸਾਹਿਬਜਾਦਿਆਂ ਨੂੰ ਉਹਨਾਂ ਨੇ ਰਾਤ ਨੂੰ ਮਾਤਾ ਗੁਜਰੀ ਕੋਲ ਭੇਜ ਦਿੱਤਾ ਜੀ ਹੁਣ ਰਾਤ ਨੂੰ ਪਹਿਲੇ ਦਿਨ ਦੀ ਪੇਸ਼ੀ ਪੂਤ ਕੇ ਜਦੋਂ ਸਾਹਿਬਜਾਦੇ ਮਾਤਾ ਗੁਜਰੀ ਕੋਲ ਆਏ ਤੇ ਉਹਨਾਂ ਨੇ ਆ ਕੇ ਦੱਸਣਾ ਵੀ ਆ ਕੁਝ ਹੋਇਆ ਹਾਂਜੀ ਪਹਿਲਾਂ ਤਾਂ ਮਾਦਾ ਕੁਝ ਨਹੀਂ ਸਭ ਕੁਝ ਨੂੰ ਤੂੰ ਪੁੱਛ ਨੂਰਾ ਮਾਈ ਇਹ ਦੱਸ ਰਿਹਾ ਵੀ ਮੈਂ ਕਹਾਣੀ ਸਾਰੀ ਜਿਹੜੀ ਸਾਰੀ ਜੋ ਕੁਝ ਉਸ ਤੋਂ ਵਾਪਰਿਆ ਜੀ ਸਾਖੀ ਮੈਂ ਉੱਥੋਂ ਦੀਆਂ ਸਰਹੰਦ ਦੇ ਲੋਕਾਂ ਤੋਂ ਸੁਣ ਕੇ ਆਇਆ ਹਾਂ ਔਰ ਇਹਦਾ ਗਵਾਹ ਜਿਹੜਾ ਸੀਗਾ ਇਹ ਉੱਥੇ ਦੀ ਜਿਹੜੇ ਲੋਕ ਸੀਗੇ ਉਹਨਾਂ ਨੂੰ ਮੈਂ ਮਿਲਿਆ ਆਪਣੀ ਭੈਣ ਕੋਲ ਰਹਿ ਕੇ ਤੇ ਉਹਨਾਂ ਨੇ ਮੈਨੂੰ ਸਾਰਾ ਕੁਝ ਜੋ ਕੁਛ ਹੈਗਾ ਨੇੜੇ ਦੇ ਬੰਦੇ ਜਾਣਦੇ ਸੀਗੇ ਹੁਣ ਆਮ ਗਾਥਾ ਹੋ ਗਈ ਸਰਾਂ ਦੀ ਕਿਉਂਕਿ ਘਰ-ਘਰ ਗੱਲ ਕਹੀ ਗਈ ਸਾਹਿਬ ਜਦੋਂ ਸ਼ਾਦ ਕੋ ਛੁੱਟੀ ਸ਼ਾਦਤ ਨਹੀਂ ਸੀਗੀ ਜ਼ੁਲਮ ਦੀ ਇੰਤਹਾ ਸੀ ਸਿੱਖ ਰਸਿਕਾ ਦੁਨੀਆ 'ਚ ਕਦੀ ਇਦਾਂ ਹੋਇਆ ਹੀ ਨਹੀਂ ਤੇ ਇਸ ਕਰਕੇ ਘਰ-ਘਰ ਦੇ ਵਿੱਚ ਗੱਲ ਕਹੀ ਗਈ ਤੇ ਮੈਂ ਉੱਥੋਂ ਦੇ ਲੋਕਾਂ ਕੋਲੋਂ ਇਹ ਸੁਣ ਕੇ ਆ ਕਿ ਸਾਹਿਬ ਜਿਆਦੇ ਜਦੋਂ ਫਿਰ ਮਾਤਾ ਕੋਲ ਗਿਆ ਮਾਤਾ ਨੂੰ ਜਾ ਕੇ ਉਹਨਾਂ ਨੂੰ ਦੱਸਿਆ ਸੀਗਾ ਹਾਂਜੀ ਜਦੋਂ ਮਾਤਾ ਨੂੰ ਜਾ ਕੇ ਉਹਨੂੰ ਦੱਸਿਆ ਕਿ ਚੈਰੀ 'ਚ ਕੀ ਕੁਝ ਹੋਇਆ ਤੇ ਮਾਤਾ ਨੇ ਉਹਨਾਂ ਨੂੰ ਆਪਣੇ ਕੋਲ ਬਿਠਾ ਲਿਆ ਜੀ ਆਪਣੀ ਗੋਦੀ 'ਚ ਇੱਕ ਬੰਨੇ ਇੱਕ ਸਾਬਜਾ ਦਾ ਦੂਜਾ ਬੰਨੇ ਦੂਜਾ ਸਾਬਜਾ ਦਾ ਗੋਦੀ 'ਚ ਬਿਠਾ ਕੇ ਤੇ ਮਾਤਾ ਨੇ ਬੜੇ ਪਿਆਰ ਨਾਲ ਉਹਨਾਂ ਨੂੰ ਕਿਹਾ ਵੀ ਪੁੱਤਰੋ ਤੁਹਾਨੂੰ ਬੇਸ਼ੱਕ ਕਿਉਂਕਿ ਬਚਪਨ ਤੋਂ ਲੈ ਕੇ ਮਾਤਾ ਗੁਜਰੀ ਨੇ ਪਾਲਿਆ ਆ ਨਿਤ੍ਰਿਮ ਸਿਖਾਇਆ ਆ ਬਾਣੀ ਸਿਖਾਈ ਆ ਆਪਣੇ ਪਰਖਿਆਂ ਦਾ ਇਤਿਹਾਸ ਦੱਸਿਆ ਪਰ ਅੱਜ ਦੁਹਰਾ ਕੇ ਇੱਕ ਵੱਖਰੇ ਅੰਦਾਜ਼ ਗਾਣਾ ਸ਼ੁਰੂ ਕੀਤਾ ਜੀ ਵੀ ਬੱਚਿਓ ਪੁੱਤਰੋ ਮੇਰੇ ਦੁਲਾਰਿਓ ਜਿੱਦਾਂ ਦਾਦੀਆਂ ਕਹਿੰਦੀਆਂ ਹੁੰਦੀਆਂ ਜਿੰਨੇ ਪਿਆਰ ਨਾਲ ਕਹਿੰਦੀਆਂ ਹੁੰਦੀਆਂ ਕਿ ਤੁਹਾਨੂੰ ਪਤਾ ਵੀ ਤੁਹਾਡੇ ਖਾਨਦਾਨ ਦਾ ਇਤਿਹਾਸ ਕੀ ਆ ਉਹ ਕਹਿੰਦੇ ਪਤਾ ਕਿੰਦੀ ਇੱਕ ਅੱਜ ਮੈਨੂੰ ਦੁਬਾਰਾ ਦੱਸਣ ਤੇ ਜਦੋਂ ਧਿਆਨ ਨਾਲ ਸੁਣੋ ਪੂਰਾ ਧਿਆਨ ਇਕਾਗਰ ਚੀਤੇ ਸੀ ਕਰਦੇ ਹੋ ਜੀ ਤੈਨੂੰ ਦੱਸ ਵੀ ਤੁਹਾਡਾ ਦਾਦਾ ਕਿ ਉਹ ਦਾਦੀ ਦੱਸ ਰਹੀ ਉਹਨੇ ਆਪਣੇ ਤੋਂ ਸ਼ੁਰੂ ਕੀਤੀ ਗੱਲ ਵੀ ਤੁਹਾਡਾ ਦਾਦਾ ਜਿਹੜਾ ਸੀਗਾ ਉਹਨੇ ਮਜ਼ਲੂਮਾਂ ਦੀ ਬਾਹ ਫੜੀ ਜਿਨ੍ਹਾਂ ਦੇ ਜੰਜੂ ਉਤਾਰੇ ਜਾ ਰਹੇ ਸੀ ਜਿਨ੍ਹਾਂ ਦੇ ਤਿਲਕ ਉਤਾਰੇ ਜਾ ਰਹੇ ਸੀ ਜਿਨ੍ਹਾਂ ਤੇ ਜ਼ੁਲਮ ਕੀਤਾ ਜਾ ਰਿਹਾ ਸੀ ਚੱਲ ਕੇ ਆਏ ਕਿਸੇ ਦੂਜੇ ਥਾਂ ਜ਼ੁਲਮ ਹੋ ਰਿਹਾ ਸੀ ਆਨੰਦਪੁਰ ਤੇ ਜ਼ੁਲਮ ਨਹੀਂ ਸੀ ਹਾਂਜੀ ਪਰ ਧਰਮ ਵੀ ਦੂਜਾ ਸੀ ਜੀ ਜੀ ਪਰ ਉਹਨਾਂ ਦੀ ਬਾਹ ਫੜੀ ਕੇ ਨਹੀਂ ਭੈ ਕਾਹੂ ਕੋ ਦੇ ਤਨਾ ਨਾ ਬਹਿ ਮਾਨ ਤਨ ਕਿਸੇ ਨੂੰ ਡਰ ਨਹੀਂ ਦਿੱਤਾ ਜਾਊਗਾ ਜਦੋਂ ਜ਼ੁਲਮ ਨਾਲ ਜੰਜੂ ਪਾਉਣ ਦੀ ਗੱਲ ਹੋਈ ਸੀ ਗੁਰੂ ਨਾਨਕ ਸਾਹਿਬ ਤੇ ਉਦੋਂ ਗੁਰੂ ਨੇ ਪਾਉਣ ਨਹੀਂ ਦਿੱਤਾ ਤੇ ਹੁਣ ਜੰਜੂ ਲਾਉਣ ਲੱਗੇ ਸੀ ਲਾਉਣ ਨਹੀਂ ਦੇਣਾ ਜ਼ਬਰ ਦੇ ਨਾਲ ਜ਼ਬਰ ਨਹੀਂ ਕਰਨ ਦੇਣਾ ਜ਼ਬਰ ਦੇ ਖਿਲਾਫ ਲੜਾਈ ਆ ਗੁਰੂ ਘਰ ਦੀ ਤੇ ਗੁਰੂ ਸਾਹਿਬ ਕਹਿੰਦੇ ਵੀ ਅਸੀਂ ਤੁਹਾਡੀ ਥਾਂ ਤੇ ਖੜੇ ਆ ਜੀ ਤੇ ਗੁਰੂ ਸਾਹਿਬ ਫਿਰ ਤੁਹਾਡਾ ਦਾਦਾ ਗਿਆ ਮਰੇ ਬਿਸਤਾਨ ਨਾ ਇਹ ਗੱਲ ਸਾਰੀ ਸਮਝਾਈ ਬੱਚਿਆਂ ਨੂੰ ਕਿ ਤੁਹਾਡਾ ਦਾਦਾ ਫਿਰ ਦਿੱਲੀ ਗਿਆ ਤੇ ਉਹਨਾਂ ਮਜ਼ਲੂਮਾਂ ਦੇ ਲਈ ਜਾ ਕੇ ਆਪਣਾ ਸੀਸ ਨਿਸ਼ਾਵਰ ਕਰ ਦਿੱਤਾ ਜੀ ਜੀ ਤੁਸੀਂ ਜਾਣਦੇ ਹੋ ਨਾ ਸੀਸਗਾ ਦੇ ਮੱਥਾ ਟੇਕਦੇ ਹੋ ਨਾ ਅਨੰਦਪੁਰ ਵੀ ਸੀਸਗਾਂ ਸੀਗਾ ਬਿਲਕੁਲ ਵੀ ਸਾਰੇ ਥਾਨ ਮਾਤਾ ਗੁਰੂ ਨੇ ਦਿਖਾ ਸੀ ਪਰ ਇੱਕ ਰਹੀ ਯਾਦ ਕਰਾਤਾ ਤੇ ਕਹਿੰਦੀ ਉਸ ਤੋਂ ਬਾਅਦ ਤੁਹਾਡੇ ਪਿਤਾ ਦੀ ਵਾਰੀ ਜਿਹੜੀ ਆਈ 9 ਸਾਲ ਦੀ ਉਮਰ ਸੀ ਛੋਟੀ ਜੀ ਜੀ ਬਹੁਤੀ ਵੱਡੀ ਉਮਰ ਨਹੀਂ ਸੀ ਬੇਟੋ ਤੁਹਾਡੇ ਨਾਲ ਸਾਲ ਤੋਂ ਵੱਡੇ ਸੀ ਸਾਲ ਖੰਡ ਦਾ ਫਰਕ ਸੀ ਕੋ ਬੱਚਿਆਂ ਦੀ ਜਿਹੜੀ ਉਮਰ ਸੀ ਕਿញ្ញਾਂ ਨੇ ਕਿਹਾ ਵੀ ਸਾਢੇ 6 ਸਾਲ ਸਾਢੇ 8 ਸਾਲ ਜਾਨਕਿਆ 8 ਸਾਲ 6 ਸਾਲ 8 ਸਾਲ 6 ਸਾਲ ਆਪਾਂ ਰੱਖ ਲਈ ਸਿੱਧੀ ਸਿੱਧੀ ਗੱਲ ਦੇ ਵੀ ਤੁਹਾਡਾ ਨੋ ਸਾਲ ਕੁ ਵੱਡੀ ਉਮਰ ਸੀ ਹਾਂਜੀ ਸਾਲ ਦੋ ਸਾਲ ਵੱਡੀ ਉਮਰ ਸੀ 9 ਸਾਲ ਦੀ ਉਮਰ ਸੀ ਗੁਰੂ ਗੋਬਿੰਦ ਸਿੰਘ ਜੀ ਤੁਹਾਡੇ ਪਿਤਾ ਦੀ ਜਦੋਂ ਗੁਰਗੱਦੀ ਦੀ ਜ਼ਿੰਮੇਵਾਰੀ ਉਹਨਾਂ ਤੇ ਆਪਈ ਤੇ ਉਹਨਾਂ ਨੇ ਵੀ ਜ਼ਬਰ ਦੇ ਖਿਲਾਫ ਲੜਾਈ ਰੱਖੀ ਬੇਹਾਗੋਦਲੀ ਵੱਡੇ ਤੋਂ ਵੱਡਾ ਮੁੱਲ ਦੇਣਾ ਪਿਆ ਜੀ ਜੀ ਇਹ ਤੇ ਜੇ ਉਦੋਂ ਗਾਂ ਦੀ ਗੱਲ ਕਰਾਂ ਤੇ ਗੁਰਤੇਖਵਾਦੇ ਤੁਹਾਡੇ ਦਾਦੇ ਦੇ ਜਿਹੜੇ ਪਿਤਾ ਸੀ ਜਿਹੜੇ ਤੁਹਾਡੇ ਪਰਦਾਦੇ ਸੀ ਜੀ ਜੀ ਯਾਨੀ ਦਾਦਾ ਗੁਰੂ ਤੇਗ ਬਹਾਦਰ ਉਹ ਜਿਹੜੇ ਤੁਹਾਡੇ ਪਰਦਾਦੇ ਸੀ ਗੁਰੂ ਹਰਗੋਬਿੰਦ ਸਾਹਿਬ ਜੀ ਜੀ ਸਾਹਿਬ ਜੀ ਉਹਨਾਂ ਨੇ ਵੀ 11 ਸਾਲ ਦੀ ਉਮਰ 'ਚ ਗੱਦੀ ਦੀ ਜ਼ਿੰਮੇਵਾਰੀ ਸੰਭਾਲੀ ਸੀ ਜੀ ਜੀ ਤੁਹਾਡੇ ਨਕਰ ਦਾਦੇ ਯਾਨੀ ਕਿ ਤੁਹਾਡੇ ਪਰਦਾਦੇ ਦੇ ਪਿਤਾ ਦੇ ਸ਼ਹੀਦ ਹੋਣ ਤੋਂ ਬਾਅਦ ਜੀ ਜੀ ਤੇ ਜਦੋਂ ਉਹਨਾਂ ਨੇ ਜ਼ਿੰਮੇਵਾਰੀ ਸੰਭਾਲੀ ਤੇ 11 ਸਾਲ ਦੀ ਉਮਰ ਸੀ ਪਰ ਉਹਨਾਂ ਨੇ ਉਦੋਂ ਅਕਾਲ ਤਖਤ ਸਾਹਿਬ ਦੀ ਸਿਰਜਣਾ ਵੀ ਕੀਤੀ ਉੱਥੇ ਬੈਠ ਕੇ ਨਾਰਾ ਵੀ ਦਿੱਤਾ ਹਮਨੇ ਬਾਜਣਾ ਨੂੰ ਦੇਣਾ ਤਾਜ ਬਾਜ ਹਮਨੇ ਸਭ ਲੈਣਾ ਉੱਥੇ ਬੈਠ ਕੇ ਉਹਨਾਂ ਨੇ ਫੌਜਾਂ ਵੀ ਕਾਇਮ ਕੀਤੀਆਂ ਤੇ ਹਕੂਮਤ ਨੂੰ ਇੱਕ ਵਾਰੀ ਨਹੀਂ ਦੋ ਵਾਰੀ ਨਹੀਂ ਚਾਰ ਜੰਗਾਂ ਦੇ ਵਿਚਾਰਾ ਪਰ ਜ਼ਬਰ ਜ਼ੁਲਮ ਨੂੰ ਨਹੀਂ ਮੰਨਿਆ ਅਮਰਸਰ ਛੜਨਾ ਪੈ ਛੜ ਦਿੱਤਾ ਕਰਤਾਰਪੁਰ ਛੜਨਾ ਪੈ ਛੜ ਦਿੱਤਾ ਹਰਗੋਬਿੰਦਪੁਰਾ ਛੜਨਾ ਪੈ ਛੜ ਦਿੱਤਾ ਮਾਲਵੇ ਜਾਣਾ ਪੈ ਮਾਲਵੇ ਚਲ ਗਿਆ ਮਾਲਵੇ ਤੋਂ ਵਕੀਰਪੁਰ ਜਾਣਾ ਪੈ ਉੱਥੇ ਚਲ ਗਿਆ ਨਵੇਂ ਨਗਰ ਵੀ ਵਸਾਏ ਜੰਗਾਂ ਵੀ ਜਿੱਤੀਆਂ ਪਰ ਜ਼ਬਰ ਦੇ ਮੋੜੇ ਝੁਕੇ ਨਹੀਂ ਜੀ ਇਹ ਤੁਹਾਡੇ ਪਰਦਾਦੇ ਦੇ ਪਾਏ ਹੋਏ ਪੂਰਨ ਇਹ ਵੀ ਜ਼ੁਲਮ ਦੇ ਖਿਲਾਫ ਜ਼ਬਰ ਦੇ ਖਿਲਾਫ ਲੜਾਈ ਰਹਿਣੀ ਸਾਡੇ ਖਾਨਦਾਨ ਦਾ ਵੀਰ ਕਿਦਾਂ ਤੇ ਸਿੱਖ ਧਰਮ ਦਾ ਵੀ ਗੁਰੂ ਨਾਨਕ ਜੀ ਗੱਦੀ ਦਾ ਇਹ ਕਿਦਾਂ ਆ ਤੇ ਫਿਰ ਜਿਹੜੇ ਉਹਨਾਂ ਦੇ ਤੁਹਾਡੇ ਪਰਦਾਦੇ ਦੇ ਪਿਤਾ ਸੀ ਨਕੜਦਾ ਦਾ ਸ਼ਬਦ ਆ ਪਾ ਵਰਤ ਦਿੰਦੇ ਨੇ ਕਿ ਯਾਰੀ ਜਿਹੜੇ ਤੁਹਾਡੇ ਪਰਦਾਦੇ ਦੇ ਪਿਤਾਹੀ ਜਿਹੜੀਆਂ ਜਿਹੜੇ ਤੁਹਾਡੇ ਦਾਦੇ ਦੇ ਦਾਦਾ ਸੀ ਗੁਰੂ ਅਰਜਨ ਦੇਵ ਜੀ ਉਹਨਾਂ ਨੇ ਤਾਂ ਆਰੰਭੀਅੰਤ ਤੋਂ ਕਰ ਦਿੱਤਾ ਸੀ ਸਿਖਰਲੀ ਗੱਲ ਕਰ ਦਿੱਤੀ ਸੀ ਕਿ ਉਹਨਾਂ ਨੇ ਕਿਹਾ ਵੀ ਤੁਸੀਂ ਧਰਮ ਛੱਡਣ ਦੀ ਗੱਲ ਕਰਦੇ ਹੋ ਤੁਸੀਂ ਕਹਿੰਦੇ ਆਪਣਾ ਕੀਦੇ ਤੋਂ ਛੱਡ ਦਈਏ ਤੁਸੀਂ ਕਹਿੰਦੇ ਗੁਰੂ ਦੀ ਗੱਲ ਛੱਡ ਦਈਏ ਤੁਹਾਡੀ ਗੱਲ ਮੰਨ ਲਈਏ ਪਰ ਤੱਤੀਆਂ ਤਵੀਆਂ ਤੇ ਵੀ ਬੜਾਤਾ ਗਿਆ ਦੇਖ ਚੁਈ ਇਹ ਬਾਲਿਆ ਆ ਗਿਆ ਤਸੀਹੇ ਦਿੱਤੇਗਾ ਪਰ ਉਹਨਾਂ ਨੇ ਜ਼ਬਰ ਵਾਲੀ ਗੱਲ ਜ਼ੁਲਮ ਵਾਲੀ ਗੱਲ ਜ਼ੋਰ ਵਾਲੀ ਗੱਲ ਜਿਹੜੀ ਸੀ ਉਹ ਮੰਨੀ ਨਹੀਂ ਰੱਬੀ ਪਣਾ ਜਿਹੜਾ ਮੰਨ ਲਿਆ ਜੀ ਵੀ ਸਾਡੇ ਖਾਨਦਾਨ ਦੀ ਜਿਹੜੀ ਆ ਸਾਡੀ ਪਿਰਤਿਆ ਇਹ ਮਾਤਾ ਗੁਜਰੀ ਜੀ ਨੇ ਆਪਣੇ ਬੱਚਿਆਂ ਨੂੰ ਸਮਝਾਤਾ ਤੇ ਕਹਿੰਦੇ ਹੁਣ ਪੁੱਤਰੋ ਫੇ ਤੁਹਾਡੀ ਵਾਰੀ ਆ ਤੁਹਾਡੇ ਨੱਕਰਦਾਰ ਦੇ ਤੋਂ ਲੈ ਕੇ ਤੇ ਉਦੋਂ ਪਹਿਲਾਂ ਤੋਂ ਲੈ ਕੇ ਗੁਰਨਾਨਕ ਦੇ ਘਰ ਦੀ ਪਰਤ ਤੇ ਚੱਲੀ ਆ ਰਹੀ ਆ ਬਾਬਰ ਨੂੰ ਜਾਬਰ ਕਹਿਣ ਦੀ ਪਰਤ ਸਾਡੀ ਹੈਗੀ ਆ ਜ਼ੁਲਮ ਦੇ ਮੂਰੇ ਨਾ ਝੁਕਣ ਦੀ ਪਰਤ ਸਾਡੀ ਹੈਗੀ ਆ ਮਜਲੂਮਾਂ ਦੀ ਬਾਹ ਫੜਨ ਦੀ ਸਾਡੀ ਪਰਤ ਹੈਗੀ ਆ ਆਪਣੇ ਕੀਤੇ ਤੇ ਕੈਮਰਾ ਨੇ ਦੀ ਸਾਡੀ ਪਰਤ ਹੈਗੀ ਆ ਤੇ ਇਹ ਹੁਣ ਤੁਹਾਡੇ ਤੇ ਜ਼ਿੰਮੇਵਾਰੀ ਆ ਗਈ ਆ ਜੀ ਤੁਸੀਂ ਆਪਣੇ ਖਾਨਦਾਨ ਦੇ ਆਪਣੇ ਧਰਮ ਦੇ ਉਸ ਕੀਤੇ ਨੂੰ ਸਿੱਖੀ ਸਿਦਕ ਜਿਹਨੂੰ ਅਸੀਂ ਕਹਿੰਦੇ ਆ ਸਿੱਖੀ ਸਿਦਕ ਨੂੰ ਤੁਸੀਂ ਕਾਇਮ ਰੱਖਣਾ ਆ ਹਾਂ ਜੀ ਤੁਸੀਂ ਉਹ ਜਿਹੜੀ ਸਾਡੀ ਰੀਤ ਹੈ ਨਾ ਜਿਹੜੀ ਪਰਿਵਾਰ ਦੀ ਰੀਤ ਚੱਲੀ ਆ ਰਹੀ ਹੈ ਜਿਹੜੀ ਸਿੱਖੀ ਦੀ ਰੀਤ ਚੱਲੀ ਆ ਰਹੀ ਆ ਜਿਹੜੀ ਖਾਨਦਾਨ ਦੀ ਰੀਤ ਚੱਲੀ ਆ ਰਹੀ ਆ ਉਸ ਰੀਤ ਨੂੰ ਟੁੱਟਣ ਨਹੀਂ ਦੇਣਾ ਬੇਟਾ ਬੇਸ਼ੱਕ ਉਮਰਾਂ ਤੁਹਾਡੀਆਂ ਛੋਟੀਆਂ ਆ ਜੀ ਜੀ ਇਮਤਿਹਾਨ ਵੱਡਾ ਆ ਜੀ ਉਮਰ ਛੋਟੀ ਆ ਹੂੰ ਹੂੰ ਇਮਤਿਹਾਨ ਵੱਡਾ ਆ ਜੀ ਜੀ ਪਰ ਉਮਰ ਛੋਟੀ ਆ ਇਮਤਿਹਾਨ ਵੱਡਾ ਆ ਪਰ ਇਸ ਵੱਡੀ ਇਮਤਿਹਾਨ ਚ ਤੁਸੀਂ ਪਾਸ ਹੋਣਾ ਆਪਣੇ ਵੱਡਿਆਂ ਦੇ ਆਸਰੇ ਜੀ 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 ਗੁਰੂ ਦਾ ਆਸਰਾ ਰੱਖਣਾ ਵੱਡਿਆਂ ਦਾ ਆਸਰਾ ਰੱਖਣਾ ਪੜਾ ਇਤਿਹਾਸ ਯਾਦ ਰੱਖ ਕੇ ਤੇ ਨਾਲ ਉਹਨਾਂ ਨੇ ਸਮਝਾਇਆ ਵੀ ਜਦੋਂ ਕਿਤੇ ਗੁਰਤੇਗ ਬਹਾਦਰ ਦੀ ਸ਼ਹਾਦਤ ਹੋਈ ਤੁਹਾਡਾ ਪਿਤਾ 9 ਸਾਲ ਦੀ ਉਮਰ ਸੀ ਪਰ ਉਹਨੇ ਉਦੋਂ ਹੀ ਕਹਿ ਦਿੱਤਾ ਸੀਗਾ ਕਿ ਤੁਸੀਂ ਤਿਲਕ ਜੰਝੂ ਨੂੰ ਮਟਾਉਣਾ ਚਾਹੁੰਦੇ ਹੋ ਤਿਲਕ ਜੰਝੂ ਰਾਖਾ ਪ੍ਰਪਤਾਕਾ ਕਿੰਨੋ ਵੱਡੋ ਕਲੂ ਮੈਂ ਸਾਕਾ ਹਾਂ ਗੁਰਤੇਗ ਬਹਾਦਰ ਐਡਾ ਵੱਡਾ ਸਾਕਾ ਕਰਤਾ ਮਿਟਣਾ ਨਹੀਂ ਇਹਦਾ ਇਹ ਜ਼ੁਲਮਦਾਰ ਰਾਜ ਮਿਟ ਜਾਊਗਾ ਪਰ ਧਰਮ ਨਹੀਂ ਮਿਟਣਾ ਹੈਗਾ ਇਹ ਸੰਸਕ੍ਰਿਤੀ ਜਿਹੜੀ ਹੈ ਨਹੀਂ ਮਿਟਣੀ ਇੱਥੇ ਜ਼ਬਰ ਨਹੀਂ ਚੱਲਣਾ ਹੈਗਾ ਇਹ ਗੁਰਤੇਗ ਬਹਾਦਰ ਦੀ ਸ਼ਹਾਦਤ ਤੋਂ ਬਾਅਦ ਗੁਰੂ ਗੋਬਿੰਦ ਸਿੰਘ ਨੇ 9 ਸਾਲ ਦੀ ਉਮਰ ਵਿੱਚ ਕਹਿਤਾ ਗਿਆ ਸੀ ਤੁਸੀਂ ਉਸ ਗੱਲ ਨੂੰ ਕੈਮ ਰੱਖਣਾ ਤੁਹਾਡੇ ਨਕਰਦਾਦੇ ਦੀ ਗੱਲ ਕਰਾਂ ਤੇ ਉਹਦੇ ਬਾਰੇ ਭਾਈ ਗੁਰਦਾਸ ਨੇ ਆਖਿਆ ਜੀ ਦਲ ਪੰਜਨ ਗੁਰਸੂਰਮਾ ਬਹੁਤ ਬਹੁਤ ਜੋਧਾ ਬਟ ਪਰ ਉਪਕਾਰੀ ਜਾਨੀ ਕਿ ਇਹ ਸਾਰੀਆਂ ਗੱਲਾਂ ਜਿਹੜੀਆਂ ਸੀ ਸਮਝਾਈਆਂ ਮਾਤਾ ਗੁਜਰੀ ਨੇ ਛੋਟੇ ਸਭ ਜਿਆਦਿਆਂ ਨੂੰ ਤੇ ਮਾਤਾ ਜੀ ਦੀ ਜਿਹੜੀ ਸਮਝਾਉਣੀ ਸੀ ਨਾ ਬੱਚਿਆਂ ਨੇ ਸਭ ਜਿਆਦਿਆਂ ਨੇ ਗੁਰੂ ਕੇ ਪੁੱਤਾਂ ਜੀ ਨੇ ਗੁਰੂ ਕੇ ਲਾਲਾਂ ਨੇ ਬੜੇ ਪਿਆਰ ਨਾਲ ਸੁਣੀ ਤੇ ਮਾਤਾ ਨੂੰ ਪ੍ਰੋਸਾ ਦਵਾਇਆ ਮਾਤਾ ਅਸੀਂ ਅੱਜ ਵੀ ਤੁਸੀਂ ਜਿਹੜਾ ਬਚਪਨ ਤੋਂ ਲੈ ਕੇ ਸਾਨੂੰ ਇਤਿਹਾਸ ਸਮਝਾਇਆ ਸੀ ਜਿਹੜਾ ਤੁਸੀਂ ਕੀਤੇ ਤੇ ਸਾਨੂੰ ਕੈਮਰਾ ਲੈ ਅੱਜ ਵੀ ਅਸੀਂ ਉਹੀ ਕਰਕੇ ਆਏ ਹਾਂ ਤੇ ਜੇ ਕੱਲ ਨੂੰ ਸਾਨੂੰ ਸਰਦਨਗੇ ਤੇ ਕਰਾਂਗੇ ਫਿਰ ਉਹੀ ਉਹੀ ਹਾਂਜੀ ਤੁਸੀਂ ਮਾਤਾ ਤੁਸੀਂ ਬੇਫਿਕਰ ਹੋ ਜਾਓ ਬੇਪਰਵਾਹ ਹੋ ਜਾਓ ਤੇ ਮਾਤਾ ਲਈ ਇੰਦੂ ਵੱਡੀ ਖੁਸ਼ੀ ਦੀ ਕਿਹੜੀ ਗੱਲ ਹੋ ਸਕਦੀ ਸੀ ਇੰਦੂ ਵੱਡੀ ਖੁਸ਼ੀ ਦੀ ਗੱਲ ਕਿਹੜੀ ਉਸੇ ਪਤਾ ਇੱਥੇ ਮੈਂ ਥੋੜਾ ਜਿਹਾ ਠਹਿਰਾ ਜਾ ਕੇ ਭੈਣ ਮੇਰੀ ਇੱਕ ਗੱਲ ਕਹਿਣਾ ਚਾਹੁੰਦਾ ਕਿ ਜਦ ਤੱਕ ਬੱਚਿਆਂ ਨੂੰ ਅਸੀਂ ਆਪਣੇ ਇਤਿਹਾਸ ਬਾਰੇ ਵਿਰਸੇ ਬਾਰੇ ਨਹੀਂ ਦੱਸਾਂਗੇ ਜਿੱਦਾਂ ਮਾਤਾ ਗੁਜਰੀ ਨੇ ਦੱਸਿਆ ਸੀ ਹਾਂਜੀ ਉਦੋਂ ਤੱਕ ਬੱਚੇ ਆਪਣੇ ਵਿਰਸੇ ਨਾਲ ਜੁੜਨਗੇ ਨਹੀਂ ਕਿਦਾਂ ਨਹੀਂ ਜੁੜਨਗੇ ਹਣਾ ਸੋ ਅੱਜ ਦੇ ਸਮੇਂ 'ਚ ਮੈਂ ਕਈ ਵਾਰੀ ਹੈਰਾਨ ਹੁੰਨਾ ਹੁੰਨਾ ਕਿ ਸਾਡੇ ਤਾਂ ਮਾਪਿਆਂ ਨੂੰ ਹੀ ਨਹੀਂ ਪਤਾ ਹਾਂਜੀ ਉਹੀ ਮੈਂ ਕਹਿਣ ਲੱਗੀ ਸੀ ਕਿ ਸਿਆਣਿਆਂ ਨੂੰ ਵੱਡਿਆਂ ਨੂੰ ਨਹੀਂ ਪਤਾ ਬਿਲਕੁਲ 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 ਵੱਡਿਆਂ ਨੂੰ ਨਹੀਂ ਪਤਾ ਸਿਆਣਿਆਂ ਨੂੰ ਨਹੀਂ ਪਤਾ ਹੈਗਾ ਤੇ ਜਦੋਂ ਵੱਡਿਆਂ ਨੂੰ ਨਹੀਂ ਪਤਾ ਸਿਆਣਿਆਂ ਨੂੰ ਹੀ ਨਹੀਂ ਪਤਾ ਤੇ ਉਹ ਦੱਸਣਗੇ ਕੀ ਸੋ ਪਹਿਲੀ ਗੱਲ ਇਤਿਹਾਸ ਦਾ ਮਹੱਤਵ ਮਾਤਾ ਗੁਜਰੀ ਦੀਆਂ ਇਹਨਾਂ ਗੱਲਾਂ ਤੋਂ ਪਤਾ ਲੱਗਦਾ ਜਿਹੜਾ ਇਤਿਹਾਸ ਅਸੀਂ ਦੱਸਦੇ ਆ ਨਾ ਇਹ ਮਾਤਾ ਗੁਜਰੀ ਦੀਆਂ ਗੱਲਾਂ ਤੋਂ ਵੇਸ਼ਕ ਜਿਹੜੀ ਗੱਲ ਆ ਬੱਚਿਆਂ ਨੂੰ ਜੇ ਕਾਇਮ ਕੀਤਾ ਖੜੇ ਕੀਤਾ ਖੜੇ ਪੈਰ ਖੜੇ ਕੀਤਾ ਬੇਸ਼ੱਕ ਗੁਰਬਾਣੀ ਦਾ ਵੀ ਊਟਾ ਅਸਰਾ ਸੀ ਬੇਸ਼ੱਕ ਗੁਰੂ ਦੇ ਪੁੱਤਰ ਸਨ ਬੇਸ਼ੱਕ ਇਦਾਂ ਗਾਲੀਏ ਕੋ ਇਹਨਾਂ ਦੀ ਬ੍ਰਹਮ ਗਾਨੀ ਹੈ ਗਿਆਨੀਆਂ ਵਾਲੀਆਂ ਬਿਰਤਾਂ ਬਿਰਤੀਆਂ ਸੀਗੀਆਂ ਗੁਰੂ ਦੇ ਪਾਲੇ ਹੋਏ ਪੁੱਤਰ ਸੀ ਪਰ ਮਾਤਾ ਗੁਜਰੀ ਨੇ ਇਸ ਸਮੇਂ ਵੀ ਅੰਤਲੇ ਸਮੇਂ ਦੇ ਵਿੱਚ ਵੀ ਜਾ ਕੇ ਉਹਨਾਂ ਨੂੰ ਇਤਿਹਾਸ ਨਾਲ ਜੋੜ ਕੇ ਉਹਨਾਂ ਨੂੰ ਆਪਣੀ ਵਿਰਸੇ ਦੀ ਯਾਦ ਕਰਾਈ ਗੁਰਬਾਣੀ ਨੇ ਵੀ ਗੱਲ ਕਈ ਵਾਸਤੇ ਆਪਾਂ ਆਮ ਹੀ ਪੰਕਤੀ ਸੁਣਦੇ ਹੁਣੇ ਕਿ ਬਾਬਾਨੀਆਂ ਕਹਾਣੀਆਂ ਪੁੱਤ ਸੁਪੁੱਤ ਗ੍ਰਹਿਣ ਕਿ ਬਜ਼ੁਰਗਾਂ ਦੀਆਂ ਮਾਰੀਆਂ ਹੋਈਆਂ ਮੱਲਾਂ ਦੀਆਂ ਕੀਤੀਆਂ ਗਈਆਂ ਕਹਾਣੀਆਂ ਬਬਾਣੀਆਂ ਬਜ਼ੁਰਗਾਂ ਦੀਆਂ ਬਾਬਿਆਂ ਦੀਆਂ ਬਜ਼ੁਰਗਾਂ ਦੀਆਂ ਮਾਰੀਆਂ ਹੋਈਆਂ ਮੱਲਾਂ ਦੀਆਂ ਦੱਸੀਆਂ ਗਈਆਂ ਕਹਾਣੀਆਂ ਬੱਚਿਆਂ ਨੂੰ ਪੁੱਤਰਾਂ ਨੂੰ ਸੁਪੁੱਤਰ ਬਣਾ ਦਿੰਦੀਆਂ ਜੀ ਜੀ ਦੱਸਣਾ ਚਾਹੀਦਾ ਜਦੋਂ ਕਿ ਮੈਂ ਇੱਥੇ ਇਹ ਕੀ ਕਹ ਸੀ ਜਿਆਦਾਤਰ ਮੈਜੋਰਟੀ ਲੋਕ ਇਹੀ ਕਹਿੰਦੇ ਕਿ ਸਿੱਖੀ ਦਾ ਕੀ ਬਣੋ ਕੀ ਕਰੋਗੇ ਪਰ ਤੁਸੀਂ ਦੇਖੋ ਤੁਹਾਡਾ ਰੋਲ ਕੀ ਤੁਸੀਂ ਕਿੰਨਾ ਕੁ ਅਦਾ ਕਰ ਰਹੇ ਆ ਅਹੀਂ ਤੇ ਜਦੋਂ ਸਾਡੇ ਬੱਚਿਆਂ ਦੇ ਜੂੜੇ ਵੀ ਆ ਗਏ ਸ਼੍ਰੋਮਣੀ ਕਮੇਟੀ ਵਾਲੇ ਬੋਣ ਜੀ ਜੀ ਹਾਂਜੀ ਕੋਈ ਸੰਤ ਮਹਾਂਪੁਰਸ਼ ਆ ਕੇ ਬਾਵੇ ਅਸੀਂ ਕਿੰਨੇ ਵੀ ਨਹੀਂ ਮੈਂ ਇਸ ਗੱਲ ਤੇ ਕਹਿੰਦਾ ਹਾਂ ਕਿ ਸਾਡਾ ਜਿਹੜਾ ਮਾਂ ਪਿਓ ਦਾ ਫਰਜ਼ ਬੰਦਾ ਉਹ ਪੂਰਾ ਕਰੀਏ ਜੀ ਉਹ ਪੂਰਾ ਕਰੀਏ ਬਾਅਦ ਚ ਸਤਿਗੁਰ ਤੇ ਛੱਡ ਲਈਏ ਸਤਿਗੁਰੂ ਬਿਆਨ ਇਤਿਹਾਸ ਸਤਿਗੁਰੂ ਬਖਸ਼ਿਸ਼ ਵਾਨਿਆ ਤੁਸੀਂ ਕਿਤੇ ਬੀਜ ਬੀਜੋ ਤਾਂ ਸਹੀ ਹੁਣ ਨਾ ਫੁੱਟੂਗਾ 4 ਸਾਲ ਬਾਅਦ ਫੁੱਟ ਪਊਗਾ ਜੀ ਜੀ ਫੁੱਟੂਗਾ ਜ਼ਰੂਰ ਫੁੱਟੂਗਾ ਜ਼ਰੂਰ ਪਰ ਬੀਜ ਬੀਜੋ ਸੀ ਸਮਝਾਓ ਬੱਚਿਆਂ ਨਾਲ ਬੈਠੋ ਬੱਚਿਆਂ ਦੀ ਗੱਲ ਸੁਣੋ ਬੱਚਿਆਂ ਦੀ ਗੱਲ ਬੱਚਿਆਂ ਨੂੰ ਨਹੀਂ ਵੀ ਬੈਠਦੇ ਆਪਣੇ ਉਹਨੂੰ ਜਤਨ ਕਰਕੇ ਦੇਖ ਲੋ ਪਰ ਜਿਹੜੀ ਛੋਟੀ ਉਮਰ ਹੁੰਦੀ ਆ ਉਹਦੋਂ ਸਾਡੇ ਜਦੋਂ ਸਾਡੇ ਸਮੇਂ ਸੀ ਬੱਚਾ ਨਾ ਬੈਠਣਦੇ ਆਪਾਂ ਵੀ ਕੰਮ ਕਰਾਜੇ ਪੈ ਰਿਆ ਸਾਡੇ ਤੋਂ ਨਹੀਂ ਬੈਠ ਹੋਇਆ ਪਰ ਆਪਾਂ ਬੈਠੀਏ ਥੋੜਾ ਜਾਂ ਜੇ ਮੈਂ ਕਹਿੰਦਾ ਵੀ ਜਿਹੜੇ ਸਾਡੀ ਸਾਡੀ ਪੀੜ੍ਹੀ ਤੋਂ ਗਲਤੀਆਂ ਹੋਈਆਂ ਆਉਣ ਵਾਲੀ ਪੀੜ੍ਹੀ ਗਲਤੀਆਂ ਨਾ ਕਰੇ ਇਹ ਸੋ ਇਸ ਕਰਕੇ ਇਹ ਨਹੀਂ ਕਾ ਕੇ ਵੀ ਅਸੀਂ ਬਹੁਤ ਆਪਣੇ ਉਹਲੇ ਫਰਜ਼ ਨੂੰ ਵਾਲਾ ਸਾਡੇ ਤੋਂ ਨਹੀਂ ਨਿਭੇ ਕਿਉਂਕਿ ਅਸਾਂ ਦੇ ਕੋਲ ਸੈਟਲ ਹੋਣ ਦੀ ਗੱਲ ਸੀਗੀ ਅਸੀਂ ਸੈਟਲ ਹੋਣਾ ਸੀ ਸੀਦਾ ਨਵੇਂ ਆਏ ਸੀ ਭੱਜਣ ਠੇ ਹੁੰਦੀਆਂ ਰਹੀਆਂ ਬੜਾ ਕੁਝ ਲੋੜਾਂ ਸੀਗੀਆਂ ਥੋੜਾਂ ਸੀਗੀਆਂ ਪਰ ਹੁਣ ਤਾਂ ਉਹ ਨੂਰਾਂ ਥੋੜਾ ਨਹੀਂ ਨਰ ਰਹੀਆਂ ਜੀ ਜੀ ਤੇ ਹੁਣ ਜਿਹੜੀ ਪੀਡੀ ਆ ਉਹਨੂੰ ਬੱਚਿਆਂ ਨਾਲ ਬੈਠਣਾ ਚਾਹੀਦਾ ਆ ਔਰ ਮੈਂ ਸੋਚਦਾ ਕਿ ਉਹ ਬੈਠਦੇ ਵੀ ਆ ਪਰ ਬੈਠਣਾ ਵੀ ਚਾਹੀਦਾ ਆ ਸੋ ਜਦੋਂ ਕਿਦੇ ਇਤਿਹਾਸ ਸੁਣਨ ਲਈ ਕਿ ਟੈਲੀਵਿਜ਼ਨ ਦੇ ਮੂਹਰੇ ਬੈਠੋ ਤੇ ਉਦੋਂ ਉਹ ਇਹ ਵੀ ਗੱਲ ਸੁਣੋ ਸੋ ਨੂਰਾਂ ਮਾਈ ਨੇ ਜਿਹੜੀ ਗੱਲ ਦੱਸੀ ਮਾਤਾ ਗੁਜਰੀ ਨੇ ਸਮਝਾਇਆ ਨੂਰਾਂ ਮਾਈ ਨੇ ਇੱਕ ਗੱਲ ਓਥੇ ਹੋਰ ਕਹੀ ਜੀ ਨੂਰਾਂ ਮਾਈ ਕਹਿੰਦਾ ਬਈ ਪਿਛਲੇ ਐਪੀਸੋਡ ਵੀ ਸ਼ਾਇਦ ਬੱਜਗਰ ਕੀਤਾ ਸੀ ਕਿ ਬਾਬਾ ਮੋਤੀ ਦਾ ਮਹਿਰਾ ਦੁੱਧ ਲੈ ਕੇ ਆਇਆ ਸੀ ਹਾਂਜੀ ਤੇ ਅੱਜ ਦੂਜੇ ਦਿਨ ਵੀ ਮਾਤਾ ਬਾਬਾ ਮੋਤੀਦਾ ਮੇਰਾ ਮਾਤਾ ਜੀ ਲਈ ਤੇ ਸਹਬਜ਼ਾਦਿਆਂ ਲਈ ਦੁੱਧ ਦਾ ਗੜਵਾ ਲੈ ਕੇ ਆਇਆ ਉਹ ਆ ਸਕਦਾ ਸੀ ਜੀ ਜੀ ਕਿਉਂਕਿ ਉੱਥੇ ਕਾਰਨ ਉਹ ਸੀਗਾ ਜੇਲ੍ਹ ਦੇ ਵਿੱਚ ਜਿਹੜੇ ਸਿਆਸੀ ਕੈਦੀ ਸੀ ਉਹਨਾਂ ਦੇ ਲੰਗਰ ਪਾਣੀ ਦਾ ਇੰਚਾਰਜ ਸੀ ਤੇ ਪਹਿਰੇਦਾਰੇ ਗੱਲ ਜਾਣਦੇ ਸੀ ਹਾਂਜੀ ਵੀ ਬਾਬਾ ਮੋਤੀਦਾਮ ਜਿਹੜਾ ਉੱਥੇ ਇੰਚਾਰਜ ਲੰਗਰ ਦਾ ਇੰਚਾਰਜ ਆ ਤੇ ਇਸ ਕਰਕੇ ਉਹ ਆ ਵੀ ਸਕਦਾ ਸੀ ਤੇ ਕੁਝ ਪਹਿਰੇਦਾਰਾਂ ਨੂੰ ਵੀ ਉਹਨੇ ਗੰਢ ਲਿਆ ਗੰਢ ਵੀ ਸਕਦਾ ਸੀਗਾ ਕਿਉਂਕਿ ਉੱਥੇ ਸੀਗਾ ਵਿੱਚ ਬੈਠਾ ਸਾਰੇ ਸਿਸਟਮ ਦਾ ਪੇਤੀ ਸੀਗਾ ਹਾਂਜੀ ਸੋ ਦੂਜੇ ਦਿਨ ਵੀ ਬਾਬਾ ਮੋਤੀਦਾ ਮਹਿਰਾ ਦੁੱਧ ਦਾ ਘੜਵਾਲ ਲੈ ਕੇ ਆਇਆ ਉੱਥੇ ਮਾਤਾ ਜੀ ਨੇ ਛਕਿਆ ਛੋਟੇ ਸਾਹਿਬ ਜੀ ਆਦਨ ਨੇ ਛਕਿਆ ਸਾਰੀ ਢਾਡੀ ਦੇ ਇੱਕ ਤਰ੍ਹਾਂ ਦੇ ਭੁੱਖੇ ਪਾਣੇ ਰੱਖਣ ਵਾਲੀ ਗੱਲ ਸੀਗੀ ਪਰ ਜਦੋਂ ਦੁੱਧ ਦਾ ਘੜਵਾ ਛਕਿਆ ਕੁਛ ਨਾਲ ਸੁੱਕਾ ਮੀਵਾ ਵਗੈਰਾ ਲੈ ਕੇ ਆਏ ਤਾਂ ਕਿ ਠੰਡ ਦੇ ਵਿੱਚ ਬੜੀ ਜ਼ਰੂਰੀ ਸੀਗੀ ਸਾਰਾ ਕੁਝ ਉਹ ਬੱਚਿਆਂ ਨੇ ਛਕਿਆ ਮਾਤਾ ਨੇ ਵੀ ਛਕਿਆ ਤੇ ਮਾਤਾ ਨੇ ਫਿਰ ਜਦੋਂ ਬੱਚਿਆਂ ਨੇ ਛਕਿਆ ਤੇ ਉਹਨੂੰ ਜਦੋਂ ਪੋਤੇ ਛਕਦੇ ਹੋਣ ਨਾ ਜੀ ਤੇ ਖਾਸ ਕਰਕੇ ਇਸ ਹਾਲਾਤ ਜਦੋਂ ਕਿ ਆਵੇ ਉਦੋਂ ਜਿਹੜੀ ਮਾਤਾ ਦੇ ਮੂੰਹੋਂ ਸੀਸਾ ਨਿਕਲਦੀ ਆ ਉਹ ਕਮਾਲ ਦੀਆਂ ਹੁੰਦੀਆਂ ਜੀ ਜੀ ਤੇ ਉਹ ਮਾਤਾ ਨੇ ਫਿਰ ਸੀਸਾ ਦਿੱਤੀਆਂ ਜੀ ਜੀ ਬਾਬਾ ਮੋਤੀ ਦਾਮ ਨੂੰ ਇਹਦਾ ਜ਼ਿਕਰ ਵੀ ਨੂਰੇ ਮਾਹੀ ਨੇ ਕੀਤਾ ਔਰ ਜਿਹੜੀ ਗਾਥਾ ਹੈਗੀ ਆ ਦੁਨਾ ਸਿੰਘ ਹਡੂਰੀਆ ਵਾਲੀ ਜਿਹੜੀ ਗਾਥਾ ਹੈਗੀ ਸ਼ਹੀਦਨਾਮੇ ਵਾਲੀ ਜਿਹੜੀ ਗਾਥਾ ਸੰਤਰੇਣ ਪ੍ਰੇਮ ਸਿੰਘ ਨੇ ਲਿਖੀ ਆ ਉਹਦੇ ਵਿੱਚ ਜ਼ਿਕਰ ਕੀਤਾ ਗਿਆ ਬਾਅਦੀਆਂ ਕੁਝ ਕਿਤਾਬਾਂ ਚ ਇਹਨਾਂ ਦਾ ਜ਼ਿਕਰ ਨਹੀਂ ਕੀਤਾ ਗਿਆ ਮਾ ਸੰਤਰੇਣ ਜਿਹੜੇ ਏ ਭਾਈ ਸੰਤ ਭਾਈ ਪ੍ਰੇਮ ਸਿੰਘ ਜੀ ਸੰਤ ਰੇਣ ਆ ਜਿਹੜਾ ਉਹਨਾਂ ਦਾ ਗ੍ਰੰਥ ਲਿਖਿਆਣਾ ਮਹਾਕਾਵਿ ਸ਼੍ਰੀ ਗੁਰਪ੍ਰਕਾਸ਼ ਹਾਂਜੀ ਉਹਦੇ ਵਿੱਚੋਂ ਮੈਂ ਉਦਾਹਰਨ ਦੀਆਂ ਲਗਾ ਪਿਖ ਕਾ ਪ੍ਰੇਮ ਸੁਮੋਤੀ ਕੇਰਾ ਮਾਤਾ ਕਿਹੋ ਪਲਾਹ ਹੋਵੇ ਤੇਰਾ ਧੰਨ ਪੋਤੀ ਤੂੰ ਪੁੰਨ ਕਮਾਇਆ ਗੁਰ ਲਾਲਾ ਤਾਈ ਦੁੱਧ ਇਹ ਭਾਈ ਪ੍ਰੇਮ ਸਿੰਘ ਜੀ ਸੰਤ ਰੇਣ ਆ ਉਹਨਾਂ ਦਾ ਮਹਾਕਾਵਿ ਆ ਸ਼੍ਰੀ ਗੁਰਪ੍ਰਕਾਸ਼ ਭਾਸ਼ਵ ਭਾਗ ਲੋ ਦਾ ਖੜੜਾ ਪਿਆ ਆ ਤੇ ਉਹਦੀਆਂ ਪੰਕਤੀਆਂ ਮੈਂ ਦੁਹਰਾ ਦਿਆਂ ਬੇਸ਼ੱਕ ਪਿਖ ਕੈ ਪ੍ਰੇਮ ਸੁਮੋਤੀ ਕੇਰਾ ਮਾਤਾ ਕਹਿੋ ਪਲਾਹੋ ਵੀ ਤੇਰਾ ਧਨਮੋਤੀ ਤੂੰ ਪੁੰਨ ਕਮਾਇਆ ਗੁਰ ਲਾਲਾ ਤਾਂ ਹੀ ਦੁੱਧ ਪਲਾਇਆ ਔਰ ਇਹਦਾ ਜ਼ਿਕਰ ਡਾਕਟਰ ਗੁਰਮukh ਸਿੰਘ ਰਿਸਰਚ ਕਰ ਰਹੇ ਆਪਣੇ ਸਮੇਂ ਦੇ ਭਾਸ਼ਾ ਵਿਭਾਗ ਦੇ ਉਹਨਾਂ ਨੇ ਇਹਨਾਂ ਗ੍ਰੰਥਾਂ ਦਾ ਜ਼ਿਕਰ ਕੀਤਾ ਆ ਕਿਉਂਕਿ ਜਦੋਂ ਬਾਬਾ ਮੋਤੀਦਾ ਮਹਿਰਾ ਉਤੇ ਪਹਿਲੀ ਕਿਤਾਬ ਲਿਖੀ ਗਈ ਸੀ ਉਹ ਰਿਸਰਚ ਉਹਨਾਂ ਨੇ ਕੀਤੀ ਸੀ ਬਾਦ ਸ਼ਬਦਾਵਲੀ ਜਿਹੜੀ ਸੀ ਕਿਤਾਬ ਦੀ ਉਹ ਮੈਂ ਅੰਕਿਤ ਕੀਤੀ ਸੀਗੀ ਮੈਨੂੰ ਮੌਕਾ ਮਿਲਿਆ ਸੀਗਾ ਪਰ ਉਹਦੀ ਸਾਰੀ ਦੀ ਸਾਰੀ ਸਰਚ ਜਿਹੜੀ ਸੀਗੀ ਪੁਰਾਣੇ ਗ੍ਰੰਥਾਂ ਦੀ ਸਾਰੀ ਗੁਰਮukh ਸਿੰਘ ਡਾਕਟਰ ਗੁਰਮukh ਸਿੰਘ ਜਿਹੜੇ ਭਾਸ਼ਾ ਪਾਗ ਦੇ ਰਿਸਰਚ ਕਾਲਰ ਸੀ ਉਹਨਾਂ ਦੀ ਸੀ ਔਰ ਮੈਂ ਇੱਕ ਗੱਲ ਬਿਲਕੁਲ ਕਹਿ ਦਿਆਂ ਕਿ ਪੂਰੇ ਪੰਜਾਬ ਦੇ ਇਤਿਹਾਸ ਦੇ ਵਿੱਚ ਇਹ ਭਾਸ਼ਾ ਪਾਗ ਦੇ ਬੜੇ ਵੱਡੇ ਵੱਡੇ ਰਿਸਰਚ ਕਾਲਰ ਆਏ ਆ ਪਰ ਪ੍ਰਾਤਨ ਕਿਤਾਬਾਂ ਬਾਰੇ ਜਿੰਨੀ ਪਰਖ ਜੀ ਤੇ ਜਿੰਨੀ ਖੋਜ ਡਾਕਟਰ ਗੁਰਮukh ਸਿੰਘ ਦੀ ਸੀਗੀ ਉਨੀ ਉਦੋਂ ਪਹਿਲਾਂ ਕਿਸੇ ਦਿਨ ਨਹੀਂ ਸੀ ਉਦੋਂ ਬਾਅਦ ਕਿਸੇ ਦਿਨ ਜਿੰਨੇ ਉਹਨੂੰ ਸਮਝ ਸੀਗੀ ਡਾਕਟਰ ਪ੍ਰੋਫੈਸਰ ਹਿੰਦਰ ਸਿੰਘ ਮਹਬੂਬ ਨੇ ਸਹਿਜ ਦੇ ਚੋਂ ਖਾਲਸਾ ਲਿਖਿਆ ਤੇ ਉਹਦੇ ਪਿੱਛੇ ਵੀ ਡਾਕਟਰ ਗੁਰਮਖ ਸਿੰਘ ਜਿਹੜਾ ਉਹਦੀ ਰਿਸਰਚ ਖੜੀ ਸੀ ਠੀਕ ਹੈ ਜੇ ਕਿਤੇ ਡਾਕਟਰ ਤਾਰਨ ਸਿੰਘ ਨੇ ਜਾਂ ਡਾਕਟਰ ਗੁਰਪਖ ਸਿੰਘ ਨੇ ਸਿੱਖ ਇਤਿਹਾਸ ਦੀ ਗੱਲ ਕੀਤੀ ਉਹਦੇ ਪਿੱਛੇ ਵੀ ਡਾਕਟਰ ਗੁਰਮਖ ਸਿੰਘ ਦੀ ਖੋਜ ਖੜੀ ਸੀ ਜੇ ਕਿਤੇ ਚੇਤਨ ਸਿੰਘ ਨੇ ਕੰਮ ਕੀਤਾ ਬਾਅਦ ਚ ਭਾਸ਼ਾ ਵਿਭਾਗ ਦਾ ਡਾਇਰੈਕਟਰ ਬਣ ਕੇ ਤੇ ਉਹਦੇ ਪਿਛੇ ਜੀ ਅਸਿਸਟੈਂਟ ਡਾਇਰੈਕਟਰ ਬਣ ਕੇ ਡਾਇਰੈਕਟਰ ਬਣ ਕੇ ਉਹਦੇ ਪਿੱਛੇ ਵੀ ਜਿਹੜੀ ਰਿਸਰਚ ਸੀਗੀ ਡਾਕਟਰ ਗੁਰਮੁਖ ਸਿੰਘ ਵੀ ਖੜੀ ਸੀਗੀ ਉਹਨਾਂ ਦੀ ਸਾਂਭੀਆਂ ਕਿਤਾਬਾਂ ਦੀ ਖੜੀ ਸੀਗੀ ਔਰ ਹਰਿੰਦਰ ਸਿੰਘ ਮਹਿਬੂਬ ਹੈ ਗੱਲ ਕਹਿੰਦਾ ਕਿ ਜੇ ਕਿਸੇ ਨੂੰ ਕਿਤਾਬ ਦੇ ਬਾਰੇ ਪ੍ਰਾਤਨ ਕਿਤਾਬ ਦੇ ਬਾਰੇ ਪਰਖ ਚਗੀ ਤੇ ਡਾਕਟਰ ਗੁਰਮੁਖ ਸਿੰਘ ਹੁਣ ਚੱਲ ਬਸੇ ਹੋ ਪਰ ਜੇ ਕਿਤੇ ਸਿੱਖ ਇਤਿਹਾਸ ਦੇ ਉੱਤੇ ਕਿਤੇ ਕੰਮ ਹੋਇਆ ਤੇ ਡਾਕਟਰ ਗੁਰਮੁਖ ਸਿੰਘ ਦੀ ਵੇਲੇ ਭਾਸ਼ਾ ਵਿਭਾਗ ਵੱਲੋਂ ਹੋਇਆ ਕਮਾਲ ਦਾ ਕੰਮ ਹੋਇਆ ਉਹਦੋਂ ਹੀ ਪੱਟੀਆਂ ਛਾਪੀਆਂ ਗਈਆਂ ਭਾਸ਼ਾ ਵਿਭਾਗ ਵੱਲੋਂ ਉਹਦੋਂ ਹੀ ਸ਼ਹੀਦ ਬਲਾਸ ਛਾਪਿਆ ਗਿਆ ਉਦੋਂ ਹੀ ਸਾਰੇ ਗ੍ਰੰਥ ਕੱਢੇ ਗਏ ਤੇ ਉਹਨਾਂ ਦੀ ਮੱਧ ਨਾਲ ਹੀ ਅਮਰਜੀਤ ਬਾਬਾ ਮੋਤੀराम ਦੀ ਗਾਥਾ ਪਹਿਲੀ ਵਾਰੀ ਛਾਪੀ ਗਈ ਸੀ ਉਹਦੀ ਬੇਸ਼ੱਕ ਸ਼ਬਦਾਵਲੀ ਮੇਰੀ ਸੀ ਲਿਖਿਆ ਮੈਂ ਸੀ ਉਹਨੂੰ ਸ਼ਬਦਾਵਲੀ ਮੈਂ ਦਿੱਤੀ ਸੀ ਪਰ ਸਰਚ ਦਾ ਸਾਰਾ ਜਿਹੜਾ ਕੰਮ ਸੀਗਾ ਉਹ ਡਾਕਟਰ ਗੁਰਮੁਖ ਸਿੰਘ ਨੇ ਉੱਥੇ ਬੈਠ ਕੇ ਕੀਤਾ ਸੀ ਇੱਥੇ ਬੈਠ ਕੇ ਸੀ ਕਾਰ ਨਹੀਂ ਲਈ ਸਕਦੇ ਹੈਗੇ ਸੀ ਜਿਸ ਪੱਧਰ ਦੀਆਂ ਕਿਤਾਬਾਂ ਜਿਸ ਪੱਧਰ ਦੇ ਹਵਾਲੇ ਦਿੱਤੇਗਾ ਬਸ਼ਰ ਗੱਲ ਪਾਸੇ ਨਾਲ ਅਜਮਾ ਮੈਂ ਅਜਮਾ ਉੱਥੇ ਪਰ ਇਹ ਵੀ ਗੱਲਾਂ ਕਰਨੀਆਂ ਜ਼ਰੂਰੀ ਆ ਕਿਉਂਕਿ ਸਾਡਾ ਇਤਿਹਾਸ ਨਾ ਪਕੜ ਕੇ ਤਾਂ ਬਣੂਗੀ ਅਸੀਂ ਆਪਣੇ ਵਿਰਸੇ ਨਾਲ ਜੁੜਨ ਦੀ ਗੱਲ ਕਰਦੇ ਆ ਜੇ ਵਿਸ਼ੇ ਦੀ ਗੱਲ ਵਿਰਸੇ ਦੀ ਗੱਲ ਹੀ ਨਹੀਂ ਕਰਾਂਗੇ ਤੇ ਵਿਰਸੇ ਨਾਲ ਜੁੜਾਂ ਕਿ ਕਿਦਾਂ ਸੋ ਮੇਰਾ ਖਿਆਲ ਇਹ ਗੱਲ ਕਰਨ ਦੀ ਲੋੜ ਹੈ ਸੋ ਇਹ ਇੱਕ ਗ੍ਰੰਥ ਭਾਈ ਪ੍ਰੇਮ ਸਿੰਘ ਸੰਤਰੀਆਂ ਦਾ ਮਹਾਕਾਵਿ ਹਾਂਜੀ ਜਿਹਦੇ ਛੋਟੇ ਸਾਹਿਬ ਜਦਾਂ ਦੀ ਗਾਥਾ ਦੀ ਗੱਲ ਕੀਤੀ ਗਿਆ ਗੁਰੂ ਜੀ ਗੁਰਪ੍ਰਕਾਸ਼ ਗੁਰੂ ਅਰਜਨ ਦੇਵ ਜੀ ਦੀ ਗੱਲ ਕੀਤੀ ਗਈ ਆ ਇੱਕ ਗਾਥਾ ਗੁਰੂ ਕੇ ਸੁਤਨ ਕੀ ਗੁਰਗੋਬਸੰਦ ਦੇ ਬੁੰਜਾ ਕਮਿਊਨਿਟੀ ਕੋ ਵੀ ਸੀ ਭਾਈ ਦੁਨਾਲ ਸਿੰਘ ਹੰਡੂਰੀਆ ਉਹ ਕਹਿੰਦਾ ਮੈਂ ਅੱਖੀ ਦੇਖਿਆ ਲਿਖਿਆ ਉਹਦੇ 'ਚ ਵੀ ਜ਼ਿਕਰ ਕੀਤਾ ਗਿਆ ਕਿਵੇਂ ਮਾਸ਼ਕੀ ਦਾ ਲక్ష్ਮੀ ਦਾ ਸਾਰਿਆਂ ਦਾ ਜ਼ਿਕਰ ਕੀਤਾ ਗਿਆ ਉਹਦੇ ਉਸ ਗ੍ਰੰਥ ਦੇ ਵਿੱਚ ਔਰ ਇੱਕ ਗ੍ਰੰਥ ਸਾਕੇ ਤੋਂ ਬਾਅਦ 'ਚ ਜੀ ਜਦੋਂ ਸਰਹੰਦ ਦਾ ਸਾਕਾ ਹੋ ਗਿਆ ਸਾਕਾ ਹੋ ਗਿਆ ਹਾਂਜੀ ਸਾਕੇ ਤੋਂ 50 ਸਾਲ ਬਾਅਦ 'ਚ ਭਾਈ ਕਿਸ਼ਨ ਸਿੰਘ ਨੇ ਲਿਖਿਆ ਸਰਹੰਦ ਦਾ ਵਿਚਨੀ ਸੀਗਾ ਜੀ ਉਹ ਕਹਿੰਦਾ ਜੋ ਮੇਰੇ ਬਜ਼ੁਰਗ ਨੇ ਅੱਖੀ ਦੇਖਿਆ ਸੀ ਜੀ ਜੀ ਕਿਉਂਕਿ ਨੇ 50 ਸਾਲ ਬਾਅਦ ਲਿਖਿਆ ਕਹਿੰਦਾ ਮੈਂ ਤਾਂ ਉਦੋਂ ਛੋਟਾ ਸੀ ਜੀ ਜੀ ਮੇਰਾ ਤੇ ਜਨਮ ਸ਼ਾਇਦ ਉਦੋਂ ਕੁ ਹੋਇਆ ਸੀਗਾ ਛੋਟਾ ਸੀ ਬੱਚਾ ਸੀ ਹਲੇ ਪਰ ਜੋ ਮੇਰੇ ਪਿਤਾ ਨੇ ਅੱਖੀ ਦੇਖਿਆ ਜੀ ਜੋ ਵੀ ਜੋ ਜੋ ਨੇ ਦੇਖਿਆ ਜੋ ਮੈਨੂੰ ਦੱਸਿਆ ਜੋ ਮੈਂ ਸਰਾਂ ਦੇ ਚੋਂ ਸੁਣਿਆ ਮੈਂ ਸਾਰਾ ਕੁਝ ਉਹ ਲਿਖਿਆ ਤੇ ਉਹਨੇ ਵੀ ਬਾਬਾ ਮੋਤੀराम ਦੀ ਗਾਥਾ ਦਾ ਜ਼ਿਕਰ ਕੀਤਾ ਤੇ ਉਹਨੇ ਵੀ ਦੁੱਧ ਪਿਆਉਂਦਾ ਜ਼ਿਕਰ ਕੀਤਾ ਆ ਕਿਤਾਬ ਦਾ ਨਾਮ ਆ ਸ਼ਹੀਦਨਾਮਾ ਪਾਸ਼ਾ ਵਿਭਾਗ ਦੀ ਲਾਇਬ੍ਰੇਰੀ ਚ ਵੀ ਆ ਤੇ ਪੰਜਾਬੀ ਯੂਨੀਵਰਸਿਟੀ ਪਟਿਆਲਾ ਦੀ ਲਾਇਬ੍ਰੇਰੀ ਚੋਂ ਖੜੜੇ ਹੈਗੇ ਆ ਸ਼ਹੀਦਨਾਮਾ ਇਹਦੀ ਰਿਸਰਚ ਵੀ ਡਾਕਟਰ ਗੁਰਮukh ਸਿੰਘ ਨੇ ਕੀਤੀ ਸੀ ਕਿਉਂਕਿ ਜਦੋਂ ਬੰਦਾ ਇਸ ਕੰਮ ਚ ਹੋਵੇ ਉਹ ਭਾਸ਼ਾ ਭਾਗ ਦੇ ਕੋਲ ਜੇ ਪਿਆ ਖੜੜੇ ਰੂਪ ਚ ਇਹ ਸ਼ਹੀਦਨਾਮਾ ਤੇ ਡਾਕਟਰ ਗੁਰਮukh ਸਿੰਘ ਰਿਸਰਚ ਕੰਡਰ ਕਰਕੇ ਪਿਆ ਆ ਮਾਫੀ ਕਰਦੇ ਭਾਈ ਕਿਸ਼ਨ ਸਿੰਘ ਦਾ ਉਹ ਜਿਹੜਾ ਹੈਗਾ ਆ ਖੜਾ ਉਹ ਹੈਗਾ ਸ਼ਹੀਦਨਾਮਾ ਉਹਦੇ ਵਿੱਚ ਵੀ ਉਹ ਕਹਿੰਦਾ ਕਿ ਤਿੰਨ ਬਾਰ ਪੇ ਪ੍ਰਸ਼ਾਦ ਲਿਆਵੇ ਵੀ ਬਾਬਾ ਮੋਤੀराम ਇੱਕ ਵਾਰੀ ਨਹੀਂ ਦੋ ਵਾਰੀ ਨਹੀਂ ਤਿੰਨ ਵਾਰੀ ਪੀਨ ਵਾਲਾ ਪ੍ਰਸ਼ਾਦ ਲੈ ਕੇ ਆਇਆ ਸੀ ਪੇਪਰ ਪ੍ਰਸ਼ਾਦ ਜੀ ਜੀ ਪੀਨ ਵਾਲਾ ਪ੍ਰਸ਼ਾਦ ਜਾਨੀ ਤੇ ਦੁੱਧ ਲੈ ਕੇ ਆਇਆ ਸੁਮਿੰਦਰ ਲੈ ਕੇ ਆਇਆ ਸੀ ਉਹ ਤਿੰਨ ਵਾਰੀ ਲੈ ਕੇ ਤਿੰਨ ਬਾਰ ਪੇ ਪ੍ਰਸ਼ਾਦ ਲਿਆ ਵੇ ਗੁਰਸਤਨ ਕੋ ਆਪ ਅਚਾਵੇ ਆਪ ਆ ਕੇ ਆਪਣੇ ਹੱਥੀ ਗੁਰੂ ਦੇ ਪੁੱਤਰਾਂ ਨੂੰ ਬੁਲਾਉਂਦਾ ਰਿਆ ਜੀ ਇਹ ਸ਼ਹੀਦ ਰਾਮਾ ਦੀ ਗੱਤ ਆ ਹਾਂਜੀ ਮਾਤਾ ਜੀ ਤੇ ਦੇ ਅਸੀਸਾਂ ਹਾਂ ਤੂੰ ਪਰ ਬਖਸ਼ ਕਰੇ ਜਗਦੀਸ਼ਾ ਕਿ ਮਾਤਾ ਜੀ ਹੁਣ ਅਸੀਸਾਂ ਦਿੰਦੀ ਸੀ ਕਿ ਮਾਤਾ ਤੇਰੇ ਦੇ ਉੱਤੇ ਉਸ ਮਾਤਾ ਮਾਤਾ ਜੀ ਤੇ ਦੇ ਅਸੀਸਾਂ ਮਾਤਾ ਨੂੰ ਅਸੀਸਾਂ ਦਿੰਦੀ ਆ ਕਿ ਤੂੰ ਪਰ ਬਖਸ਼ ਕਰੇ ਜਗਦੀਸ਼ਾ ਇਹ ਸ਼ਹੀਦ ਨਾਮੇ ਦੀ ਗਵਾਈ ਜੀ ਇਹ ਸਾਰਾ ਕੁਝ ਜਿਹੜਾ ਆ ਨੂਰਾ ਮਾਹੀ ਰਾਏਕੋਟ ਦੇ ਵਿੱਚ ਰਾਏ ਕੱਲਾ ਦੀ ਉਸ ਹਵੇਲੀ ਦੇ ਵਿੱਚ ਬੈਠਾ ਹੋਇਆ ਵਿਲੀ ਦੇ ਬਾਹਰ ਖੂਹਾਂ ਦੇ ਉਹ ਹਵੇਲੀਆਂ ਹੋਇਆ ਕਰਦੇ ਸਤਗੁਰੂ ਬਾਹਰ ਬਾਰ ਟਿਕਾਣਾ ਸੀਗਾ ਟਿਕਾਣਾ ਰੱਖਣਾ ਵੀ ਬਾਹਰ ਵਾਲੀ ਪਿੰਡ ਤੋਂ ਚਾਹੀਦਾ ਸੀ ਲੋਕਾਂ ਨੂੰ ਬਾਲਾ ਪਤਾ ਨਹੀਂ ਲੱਗੇ ਕੋਈ ਸਤਗੁਰੂ ਆਜੇ ਇਹ ਨਸ਼ਰ ਨਹੀਂ ਸੀ ਹੋਏ ਸਤਗੁਰੂ ਦੇ ਤੌਰ ਤੇ ਬੇਸ਼ੱਕ ਉਹਨਾਂ ਨੇ ਉਹ ਪਲੰਗ ਛੱਡ ਦਿੱਤਾ ਸੀਗਾ ਹੁਣ ਪਰ ਸਤਗੁਰੂ ਘੋੜੇ ਤੇ ਸਵਾਰ ਹੋ ਗਏ ਸੀਗੇ ਪਰ ਨਸ਼ਰ ਨਹੀਂ ਸੀ ਹੋਏ ਕਿਉਂਕਿ ਪਿੰਡਾਂ ਦੇ ਵਿੱਚ ਹਾਲਾਤ ਨਹੀਂ ਸੀ ਹੈਗੇ ਤੇ ਰਾਏ ਕੱਲੇ ਨੇ ਵੈਸੇ ਪਹਿਰੇ ਲਾਏ ਸੀ ਆਪਦੇ ਲੋ ਆਲੇ ਦੁਆਲੇ ਪਰ ਰੱਖਿਆ ਵੀ ਪੰਡੂਆਂ ਸੀ ਉਸ ਹਵੇਲੀ ਦੇ ਵਿੱਚ ਜਿਹੜੀ ਹਵੇਲੀ ਚੀਜ਼ ਦੀ ਠਾਰ ਕਹੋ ਜਿਹੜੀ ਡੇਰਾ ਹੁੰਦਾ ਆਮ ਤੌਰ ਤੇ ਖੂਹਾਂ ਦੇ ਉੱਤੇ ਉੱਥੇ ਬੈਠੇ ਸੀਗੇ ਮੰਜੀ ਤੇ ਬੈਠੇ ਆ ਕਾਈ ਦੇ ਬੂਟੇ ਉੱਗੇ ਹੋਇਆ ਨਜ਼ਾਰਾ ਵੀ ਤਾਂ ਆ ਤੇ ਕਾਈ ਦੇ ਇੱਕ ਬੂਟੇ ਨੂੰ ਤੀਰ ਦੇ ਨਾਲ ਖੁਰਚੀ ਜਾ ਰਿਹਾ ਨੂਰਾ ਦੱਸੀ ਜਾ ਰਿਹਾ ਸਤਗੁਰੂ ਸੁਣੀ ਜਾ ਰਿਹਾ ਨਾਲ-ਨਾਲ ਕਾਈ ਦੇ ਬੂਟੇ ਦੀਆਂ ਜੜਾਂ ਜੜੀਆਂ ਨਾਲ-ਨਾਲ ਉਹ ਤੀਰ ਦੇ ਨਾਲ ਉਹਨੂੰ ਆਲੇ-ਦੁਆਲੇ ਮਿੱਟੀ ਮਿੱਟੀ ਵੀ ਉਹਦੀ ਆਲੇ-ਦੁਆਲੇ ਲਾਈ ਜਾ ਰਿਆ ਉਹਨੂੰ ਆਲੇ-ਦੁਆਲੇ ਚਾਰੇ ਬਣੇ ਖੁਦੀ ਜਾ ਰਿਆ ਤੀਰ ਅੱਠ ਚਾ ਸਤਿਗੁਰੂ ਦੇ ਹੈਗਾ ਤੇ ਉੱਦਾਂ ਬੈਠੇ ਮੰਜੀ ਦੁੱਤੀ ਯਾਨੀ ਕਿ ਉਹ ਨਜ਼ਾਰਾ ਕਿਦੇ ਮੈਂ ਕਹਿੰਦਾ ਅੱਖਾਂ ਮਰੂ ਲੈ ਕੇ ਆਈ ਆਪਾਂ ਮੈਂ ਨੂਰਾ ਬੈਠਾ ਧਰਤੀ ਦੇ ਉੱਤੇ ਉਹ ਦੱਸ ਰਿਹਾ ਸਤਿਗੁਰੂ ਮੰਜੀ ਉੱਤੇ ਬੈਠਿਆ ਲੱਤਾਂ ਥੱਲੇ ਧਰਤੀ ਤੇ ਲੱਗੀਆਂ ਹੋਈਆਂ ਆ ਔਰ ਨੂਰੇ ਨੂੰ ਇਦਾਂ ਲੱਗਦਾ ਹੋ ਕਿ ਸਤਿਗੁਰੂ ਦੇ ਪੈਰ ਤਾਂ ਬੇਸ਼ੱਕ ਧਰਤੀ ਦੇ ਉੱਤੇ ਆ ਪਰ ਸਤਿਗੁਰੂ ਦਾ ਸਿਰ ਜਿਹੜਾ ਅਸਮਾਨ ਨੂੰ ਛੂ ਰਿਹਾ ਇਹ ਯਾਨੀ ਕਿ ਅੰਦਰੋਂ ਸ਼ਰਦਾ ਦੀ ਭਾਵਨਾ ਦੇ ਪੈਦਾ ਹੋਣ ਵਾਲੀ ਗੱਲ ਹੈ ਤੇ ਨੂਰੇ ਨੇ ਕਿਉਂਕਿ ਦੇਖਿਆ ਸੀ ਪਹਿਲਾਂ ਨੂਰੇ ਨੇ ਤਾਂ ਪ੍ਰਤੱਖ ਦੇਖਿਆ ਸੀ ਨਾ ਮੈਂ ਤੈਹੀ ਕਹਿੰਦਾ ਤਾਂ ਹੀ ਕਹਿੰਦਾ ਕਿ ਇੰਨਾ ਇੰਨਾ ਸਮਿਆਂ ਦੇ ਵਿੱਚ ਪ੍ਰਤੱਖ ਦਿਖਾਉਣ ਦੀ ਲੋੜ ਸੀ ਨੂਰੇ ਨੇ ਪ੍ਰਤੱਖ ਦੇਖਿਆ ਸੀਗਾ ਕਿ ਜਿਹੜੀ ਉਹ ਝੋਟੀ ਜਿਹੜੀ ਔਸਰ ਸੀਗੀ ਉਹਨੇ ਸਤਗੁਰੂ ਦੇ ਸਤਨਾਮ ਵਾਹਿਗੁਰੂ ਕਹਿੰਦੇ ਉਹਨੂੰ ਦੁੱਧ ਵੀ ਦਿੱਤਾ ਸੀਗਾ ਤੇ ਦੁੱਧ ਦਿੱਤਾ ਵੀ ਕਹਿੰਦੇ ਸੀ ਉਹ ਗੰਗਾ ਸਾਗਰ ਜਿਹਨੂੰ ਲੋਟਾ ਉਹੋ ਜਿਹਾ ਲੋਟਾ ਜਿਹਨਾਂ ਅੱਜ ਗੰਗਾ ਸਾਗਰ ਆਪਾਂ ਕਹਿੰਨੇ ਆਂ ਉਹ ਲੋਟ ਆ ਇਹੋ ਜਿਆ ਜਿਹਦੇ ਥੱਲੇ ਮੂਰੀਆਂ ਸੀ ਜਿਹੜੇ ਸ਼ਾਨਣੀ ਵਰਗਾ ਸੀ ਸ਼ਾਨਣੀ ਵਰਗਾ ਸੀਗਾ ਜਿਹਦੇ ਚ ਰੇਤ ਪਾਇਆ ਕਰ ਜਾਂਦੀ ਸੀ ਪਰ ਦੁੱਧ ਕਿਰਿਆ ਨਹੀਂ ਔਰ ਦੁੱਧ ਅੱਜ ਵੀ ਨਹੀਂ ਕਰਦਾ ਜੀ ਜੀ ਜਿਨ੍ਹਾਂ ਨੇ ਦਰਸ਼ਨ ਕੀਤੇ ਉਹ ਹੈਗਾ ਆ ਪਾਕਿਸਤਾਨ ਦੇ ਵਿੱਚ 라ਇਆ ਜੀ ਜ਼ੁਲਲਾ ਦਾ ਪਰਿਵਾਰ ਅਮਰੀਕਾ ਅੱਜ ਕੱਲ ਰਹਿ ਰਿਹਾ ਜਿਆਦਾ ਪਰ ਮੈਨੂੰ ਉਹਨਾਂ ਦਾ ਪਾਕਿਸਤਾਨ ਦੀ ਜਿਮਖਾਨਾ ਵਿੱਚ ਮਿਲਣ ਦਾ ਮੌਕਾ ਮਿਲਿਆ ਇੰਗਲੈਂਡ ਵੀ ਲੈ ਕੇ ਆਇਆ ਸੀ ਰਾਏਕੋਟ ਵੀ ਇੱਕ ਵਾਰੀ ਸਾਨੂੰ ਜਾਣ ਦਾ ਮੌਕਾ ਮਿਲਿਆ ਸੀਗਾ ਤੇ ਉਦੋਂ ਵੀ ਉੱਥੇ ਲੈ ਕੇ ਗਿਆ ਹੋ ਸੀ ਉਹ ਜੀ ਜ਼ੁਲਲਾ ਜੀ ਸੋ ਉਹ ਦਰਸ਼ਨ ਕਰਨ ਦਾ ਵੀ ਮੌਕਾ ਮਿਲਿਆ ਨੇੜੇ ਉਹ ਦੇਖਣ ਦਾ ਮਿਲਿਆ ਉਹਦੀ ਰੇਤਾ ਬਹੁਤ ਘਿਰ ਜਾਂਦੀ ਆ ਜੀ ਜੀ ਔਰ ਇਹ ਵੱਡੇ ਵੱਡੇ ਵਿਦਵਾਨ ਮੈਂ ਨਾਂ ਲੈ ਦਿਆਂ ਬੇਸ਼ੱਕ ਡਾਕਟਰ ਨਿਰਮਲ ਜੋੜਾ ਮੈਨੂੰ ਉਹਨਾਂ ਨੂੰ ਜਾਣ ਦਾ ਮੌਕਾ ਮਿਲਿਆ ਸੀ ਡਾਕਟਰ ਗੁਰਪ੍ਰੀਤ ਸਿੰਘ ਗਿੱਲੂਣੀ ਸਰਜੀਤ ਪਾਤਰੂਣੀ ਇਹ ਜਿਹੜੇ ਸਾਰੇ ਪ੍ਰੀਤਮ ਸਿੰਘ ਪਹਿਰਵਾਲ ਇਹ ਸਾਰੇ ਇਕੱਠੇ ਗਏ ਸੀ ਤੇ ਉਹ ਜਦੋਂ ਜਾ ਕੇ ਦੇਖਣ ਦਾ ਮੌਕਾ ਮਿਲਿਆ ਸੀ ਉਹਦੇ ਵਿੱਚ ਜਾਨਕੀ ਰੇਤਾ ਪਾਈ ਕਰਦੀ ਆ ਪਰ ਦੁੱਧੀ ਖਾਂਦਾ ਜੀ ਇਹ ਜਾਨੀ ਕਿ ਗੁਰੂ ਦੀਆਂ ਬਖਸ਼ਿਸ਼ਾਂ ਅੱਜ ਵੀ ਇਹ ਜਿਹੜੀਆਂ ਵਰ ਰਹੀਆਂ ਹੈਗੀਆਂ ਸੋ ਉਹ ਲੂਟਾ ਉਹਨੇ ਦੇਖਿਆ ਸੀ ਨੂ ਰਮਾਈਣੀ ਤੋਂ ਜਿਹੜੀ ਸ਼ਰਧਾ ਸੀਗੀ ਉਹ ਸ਼ਰਧਾ ਦੇ ਨਾਲ ਜਦੋਂ ਦੇਖ ਲਿਆ ਸਤਗੁਰੂ ਦੇ ਪੈਰ ਤਾਂ ਉਹ ਜਮੀਨ ਤੇ ਲੱਗੇ ਲੱਦੇ ਆ ਪਰ ਸਤਗੁਰੂ ਦਾ ਸਿਰ ਉਹਨੂੰ ਸਮਾਨ ਚ ਲੱਗਦਾ ਉਹ ਕਹਿੰਦੇ ਹੈ ਅਲਾਈਹ ਪੁਰਸ਼ ਅਲਾਈਹ ਪੁਰਸ਼ ਪ੍ਰਮਾਤਮਾ ਦੀ ਤੇ ਉਸੇ ਸ਼ਰਧਾ ਦੇ ਨਾਲ ਨੂਰਾ ਦੱਸੀ ਵੀ ਜਾ ਰਿਹਾ ਆ ਉਹ ਸੁਣ ਕੇ ਆ ਜੋ ਕਿਸ ਨਾਲ ਉਹਦੀਆਂ ਅੱਖਾਂ ਚ ਨੀਤਰ ਵੀ ਹੰਝੂ ਵੀ ਬਗੀ ਜਾ ਰਹੇ ਆ ਪੜ ਨਾਲ ਨਾਲ ਸਤਿਗੁਰੂ ਡੋਲ ਬੈਠੇ ਸੁਣੀ ਜਾ ਰਹਾ ਉਹ ਜਿੱਥੇ ਦੁਖਦਾ ਆ ਉਹਦਾ ਗਲੇਡੂ ਪਰਦਾ ਆ ਤੇ ਸਤਿਗੁਰ ਕਹਿੰਦੇ ਨਹੀਂ ਵੀ ਗਾਂ ਦੀ ਗੱਲ ਕਾਇਮ ਤੇ ਉਹ ਗਾਂ ਦੀ ਗੱਲ ਠੀਕ ਨਹੀਂ ਸ਼ੁਰੂ ਕਰ ਦਿੰਦਾ ਆ ਉਹ ਕਹਿੰਦਾ ਇਦਾਂ ਸਾਰੀ ਰਾਤ ਕੱਟੀ ਹਕੂਮਤ ਵੱਲੋਂ ਉਹਨਾਂ ਨੂੰ ਅੱਜ ਦੂਜੇ ਦਿਨ ਵੀ ਨਾ ਤਾਂ ਭੋਜਨ ਕੋਈ ਦਿੱਤਾ ਗਿਆ ਇਹ ਹਕੂਮਤ ਦੀ ਇੱਕ ਤਰ੍ਹਾਂ ਦੀ ਜਿਵੇਂ ਕਮਜ਼ੋਰ ਸਰੀਰ ਤੋਂ ਇੰਨੇ ਕਰਦੇ ਉਹਨਾਂ ਡਾਲ ਕਰਦੇ ਤੇ ਨਾ ਕੋਈ ਕੱਪੜਾ ਦਿੱਤਾ ਗਿਆ ਪਰ ਬਾਬਾ ਮੋਤੀ ਦਾ ਮਹਿਰਾ ਜਿਹੜੀ ਲੋਈ ਲੈ ਕੇ ਆਇਆ ਸੀ ਉਸ ਲੋਈ ਦੇ ਵਿੱਚ ਬੈਠੇ ਆ ਉਹੀ ਪ੍ਰਸ਼ਾਦਾ ਪਾਣੀ ਛਕਿਆ ਸੋ ਬਾਬਾ ਮੋਤੀ RAM ਦੀ ਜਿਹੜੀ ਸੇਵਾ ਆ ਸਹਬਜਾਦਿਆਂ ਨੂੰ ਕਾਇਮ ਰੱਖਣ ਲਈ ਬੇਸ਼ੱਕ ਕਾਇਮ ਉਹਨਾਂ ਨੇ ਉਦਾਂ ਵੀ ਰਹਿਣਾ ਸੀ ਪਰ ਆਪਦੇ ਵੱਲੋਂ ਸਿੱਖ ਹੁੰਦੇ ਨਾ ਤੀਰ ਨੂੰ ਸ਼ਰਧਾ ਭਗਾਈ ਆ ਉਹ ਬਹੁਤ ਵੱਡੀ ਆ ਬਹੁਤ ਵੱਡੀ ਆ ਬਹੁਤ ਵੱਡੀ ਆ ਖਾਸ ਕਰਕੇ ਉਸ ਹਾਲਾਤ ਚ ਨਹੀਂ ਗਿਆ ਜਦੋਂ ਨੂੰ ਪਤਾ ਕਿ ਸੂਬੇਦਾਰ ਵਜੀਰ ਖਾਨ ਜਿਹੜਾ ਐਡਾ ਜ਼ਾਲਮ ਉਹਨਾਂ ਨੂੰ ਤੇ ਕੀ ਹੋਊਗਾ ਮੇਰਾ ਉਹਨੂੰ ਹਸ਼ਰ ਦਾ ਵੀ ਪਤਾ ਐਡਾ ਜ਼ਾਲਮ ਆ ਤੇ ਉਸ ਸਮੇਂ ਦੇ ਵਿੱਚ ਤੇ ਇਹਦੀ ਉਹ ਜ਼ਿਕਰ ਸਾਰਾ ਨੂਰੇ ਮਾਈ ਸਤਗੁਰੂ ਨੂੰ ਦੱਸ ਬਸ ਸਤਗੁਰੂ ਨੂੰ ਦੱਸ ਰਿਹਾ ਹੈਗਾ ਆ ਸੋ ਰਾਤ ਸਾਰੀ ਬੱਚਿਆਂ ਨੇ ਇਦਾਂ ਕੱਟੀ ਆ ਬਾਬਾ ਮੋਤੀਦਮ ਦੁੱਧ ਪਲਾ ਕੇ ਜਿੱਦਾਂ ਨਹੀਂ ਰਿੰਦੇਦੇ ਆਇਆ ਉਦਾਂ ਨਹੀਂ ਰਿੰਦੇਦੇ ਚਲ ਗਿਆ ਆਪਣਾ ਘਰ ਵੱਲ ਲੈਪਟਾਪਸ ਲੈ ਕੇ ਔਰ ਤਿੰਨ ਦਿਨਾਂ ਉਹ ਆਉਂਦਾ ਰਿਹਾ ਇਹ ਗੱਲ ਦਾ ਜ਼ਿਕਰ ਕਿਸ਼ਨ ਸਿੰਘ ਨੇ ਕੀਤਾ ਆ ਕਿਸ਼ਨ ਸਿੰਘ ਨੇ ਸ਼ਿਸ਼ੀਨਾਮਾ ਚ ਕੀਤਾ ਆ ਔਰ ਦੂਜੇ ਦਿਨ ਦਾ ਜ਼ਿਕਰ ਜਿਹੜਾ ਆ ਇਹ ਸੰਤ ਰੇਣ ਭਾਈ ਪ੍ਰੇਮ ਸਿੰਘ ਸੰਤ ਰੇਣ ਨੇ ਆਪਣੀ ਕਿਤਾਬ ਦੇ ਵਿੱਚ ਕੀਤਾ ਮੈਂ ਸਾਪਾ ਗਾਥਾ ਗਾਹ ਸ਼ੁਰੂ ਕਰ ਲੀ ਹਾਂ ਉਹ ਹਾਂ ਜੀ ਹਾਂ ਜੀ ਬਿਲਕੁਲ ਜੀ ਨੂਰਾ ਮਾਹੀ ਸਤਿਗੁਰੂ ਜੀ ਨੂੰ ਪਹਿਲੇ ਦਿਨ ਦਾ ਜਿਹੜੇ ਜਿਹੜੀ ਵੀ ਗੱਲਬਾਤ ਉੱਥੇ ਹੋਈ ਜੋ ਵੀ ਹਾਲਾਤ ਬਣੇ ਜਿਸ ਤਰ੍ਹਾਂ ਦਾ ਵੀ ਟਾਈਮ ਬਣਿਆ ਬੱਚਿਆਂ ਦੇ ਉੱਤੇ ਉਹ ਸਤਿਗੁਰੂ ਜੀ ਦੇ ਨਾਲ ਸੰਝਾ ਕਰ ਰਹੇ ਤੇ ਸਤਿਗੁਰੂ ਜੀ ਬੈਠੇ ਉਹਦੀ ਉਹਦੀਆਂ ਗੱਲਾਂ ਸੁਣ ਰਹੇ ਨੇ ਪਰ ਅਗਲੇ ਦਿਨ ਕੀ ਹੋਇਆ ਦੂਜੇ ਦਿਨ ਉਹ ਵੀ ਸਤਿਗੁਰੂ ਜੀ ਨੇ ਉਹਦੇ ਕੋਲੋਂ ਸੁੰਨਾ ਪਰ ਸਾਡਾ ਟਾਈਮ ਜਿਹੜਾ ਹੋ ਗਿਆ ਵਕਤ ਅਤਾਜਤ ਨਹੀਂ ਦਿੰਦਾ ਅਗਲੇ ਐਪੀਸੋਡ ਵਿੱਚ ਆਪ ਜੀ ਨਾਲ ਸਾਂਝ ਪਾਵਾਂਗੇ ਉਸਨੇ ਦੂਸਰੇ ਦਿਨ ਦੀ ਗਾਥਾ ਜਿਹੜੀ ਸ ਵੀ ਦੋ ਮਿੰਟ ਜੁੜਕੇ ਸੀ ਤੁਹਾਡੇ ਕੋਲ ਮਾਫੀ ਮੰਗਦੇ ਆ ਅਗਲੇ ਐਪੀਸੋਡ ਵਿੱਚ ਆਪ ਜੀ ਨਾਲ ਫੇਰ ਮਿਲਾਂਗੇ ਜੀ ਦਾ ਬਹੁਤ ਬਹੁਤ ਧੰਨਵਾਦ ਕਰਦੇ ਆ ਜਿਹੜਾ ਕਿ ਇਸ ਪ੍ਰੋਗਰਾਮ ਨੂੰ ਆਪ ਸੰਗਤਾਂ ਦੇ ਸਾਹਮਣੇ ਪੇਸ਼ ਕਰਦੇ ਨੇ ਇੱਥੇ ਫਤਿਹ ਬੁਲਾਉਣੀ ਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦੇ ਸ਼ਿਵਾ ਪਰ 모ਹੇ ਹੈ ਸੁਪਕਰ ਮੰਤੇ ਕਗੋ ਨ ਡਰੂ ਨ ਡਰੂ ਆ ਸੋਚ ਅਪ ਚਾਈ ਲੜੂ ਇਸ ਝੇਕਰ ਆਪਣੀ ਖੇਡ ਕਰੋ